ਰਹੀਆ ਭੂਮਨ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗੰਮਾ ਉਸਤਤ ਕਵਨ ਕਰੀ ਜੈ ਕਰਤੇ ਪੇਖ ਰਹਿ ਬਿਸਮਾ ਪਿਤਾ ਮੇਰੋ ਬੜੋ ਧਨੀ ਅਗੰਮਾ ਉਸਤਤ ਕਵਨ ਕਰੀ ਜੈ ਕਰਤੇ ਪੇਖ ਰਹਿ ਬਿਸਮਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਨਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਨਾਵਾ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੇ ਕਿਰਪਾ ਨਿਧ ਤੇਰੀ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੇ ਕਿਰਪਾ ਨਿਧ ਤੇਰੀ ਰਹਾਉ ਮਹਾਪਤਤ ਮੁਗਦ ਲੋਭੀ ਫੋਨ ਕਰਤ ਪਾਪ ਅਬ ਹਰ ਭੈ ਮਰਬੇ ਕੋ ਬਿਸਰਤ ਨਾਹਿਨ ਤੇਹ
ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠ ਧਾਇਆ ਘਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ ਕੌਣ ਕਰਮ ਅਬ ਕੀ ਨਾਨਕ ਹਾਰ ਪਰਿਉ ਸਰਨਾਗਤ ਅਪਦਾਨ ਪ੍ਰਭ ਦੀਜ ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ ਕੌਣ ਕਰਮ ਅਬ ਕੀ ਨਾਨਕ ਹਾਰ ਪਰਿਉ ਸਰਨਾਗਤ ਅਪਦਾਨ ਪ੍ਰਭ ਦੀਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਸ਼ੁਮਾਰ ਯਥਾਹਾਯ ਗਣਤ ਯਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਤਨ ਗੁਰੂਦੇਵ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਗੁਰਬਾਣੀ ਅਲਾਹੀ ਰਚਨਾ ਅਗੰਮੀ ਲੋ ਜਿਸ ਦੀ ਚਰਨ ਸ਼ਰਨ ਇਸ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਸੀਂ ਹਾਜ਼ਰੀਨ ਹਾਂ। ਸਾਹਿਬ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮਾਨਵਤਾ ਦੇ ਸਾਂਝੇ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਚੜ੍ਹਦੀ ਪ੍ਰਭਾਤ ਹਰ ਰੋਜ਼ ਦੀ ਤਰ੍ਹਾਂ ਜੋ ਗੁਰੂ ਆਖ ਜੋ ਹੁਕਮ ਦਾ ਪਾਵਨ ਬਚਨ ਸਾਰੀ ਮਾਨਵਤਾ ਨੂੰ ਤਾਮੀਰ ਕੀਤਾ ਉਸਦਾ ਪਾਠ ਅਜੇ ਹੁਣੇ ਆਪ ਜੀ ਸਰੋਤ ਕਰ ਰਹੇ ਸੀਗੇ। ਮਹਾਰਾਜ ਜੀ ਦੀ ਹਮੇਸ਼ਾ ਦੀ ਤਰ੍ਹਾਂ ਅਲਾਹੀ ਨਿਆਮਤ ਸਾਨੂੰ ਜਗਿਆਸੂ ਰੂਪ ਦੇ ਵਿੱਚ ਸਾਡੀ ਚੋਲੀ ਸਾਡੇ ਦਾਮਨ ਵਿੱਚ ਪਈ ਹੈ। ਸਮਾਂ ਇਹਨਾਂ ਪਾਵਨ ਬਚਨਾਂ ਦੀ ਵਿਆਖਿਆ ਦਾ ਹੈ। ਆਓ ਜਿੱਥੇ ਜਿੱਥੇ ਵੀ ਆਪ ਬਿਰਾਜਿਤ ਹੋ ਭਾਵੇਂ ਇਸ ਪਾਵਨ ਦੀਵਾਨ ਦੇ ਵਿੱਚ ਜਾਂ ਦੂਰ ਦਰਾਜ਼ ਘਰਾਂ ਥਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਾਵਨ ਬਾਣੀ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆ ਰਹੇ ਅਲਾਹੀ ਸੰਦੇਸ਼ ਨਾਲ ਆਤਮ ਸਾਥ ਹੋ ਰਹੇ ਹੋ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ
ਕੁਝ ਕਹਿਣ ਦੀ ਇਜਾਜ਼ਤ ਦਿੰਦੇ ਹੋਏ ਆਵਾਜ਼ਾਏ ਫਤਿਹ ਦੇਣਾ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੋ ਰਿਹਾ ਹੈ ਨਵੀਂ ਸਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਨਿਆਮਤ ਹੈ। ਇਹਦੇ ਵਿੱਚ ਜੋ ਮੁੱਖ ਸੁਨੇਹੇ ਦਾ ਪਦਾ ਹੈ, ਅਸੀਂ ਸ਼ਬਦ ਨੂੰ ਬਾਤਰਤੀਬ ਜਿਵੇਂ ਮਹਾਰਾਜ ਨੇ ਰਚਨਾ ਰਚੀ ਹੈ ਉਸੇ ਆਸ਼ੇ ਦੇ ਵਿੱਚ ਆਉਂਦੇ ਸਮੇਂ 'ਚ ਵਿਚਾਰਨਾ। ਦੋ ਪਲ ਲਈ ਜੋ ਮੁੱਖ ਸੁਨੇਹੇ ਦਾ ਪਾਵਨ ਵਾਕ ਆ ਰਿਹਾ ਸੀਗਾ ਕਿ ਹਰਜੂ ਰਾਖ ਲਿਹੋ ਪਤ ਮੇਰੀ, ਹਰਜੂ ਅਕਾਲ ਪੁਰਖ ਵਾਹਿਗੁਰੂ ਆਪ ਅਹਿਸਾਸ ਕਰੋ। ਜੋ ਪਾਵਨ ਬਾਣੀ ਦੇ ਵਿੱਚ ਸਾਨੂੰ ਚੀਜ਼ਾਂ ਸਿਖਾਈਆਂ ਗਈਆਂ ਨੇ ਜੀਵਨ ਜਾਂਚ ਦੇ ਰੂਪ ਦੇ ਵਿੱਚ, ਮਨੁੱਖੀ ਜੀਵਨ ਨੂੰ ਸਹੀ ਢੰਗ ਨਾਲ ਜੀਣ ਵਾਸਤੇ, ਉਹਦੇ 'ਚ ਜਿਨ੍ਹਾਂ ਚੀਜ਼ਾਂ ਦੀ ਸਭ ਤੋਂ ਵੱਧ ਇੰਪੋਰਟੈਂਸ ਹੈ, ਸਭ ਤੋਂ ਵੱਧ ਜਿਹੜੀ ਮਹੱਤਵਪੂਰਨਤਾ ਹੈ, ਉਸ ਰੂਪ ਦੇ ਵਿੱਚ ਅਰਦਾਸ ਨੂੰ ਕਿਹਾ ਗਿਆ ਹੈ। ਅਰਦਾਸ ਇੱਕ ਐਸੀ ਸ਼ਕਤੀ ਹੈ ਜਿਹੜੀ ਸਾਨੂੰ ਨਾ ਸਿਰਫ ਪ੍ਰਯਾਸ ਕਰਨ ਦੀ ਜਿਹੜੀ ਸਮਰੱਥਾ ਦਿੰਦੀ ਹੈ ਬਲਕਿ ਕਰਤਾਰ ਦੇ ਪ੍ਰਸਾਦ ਤੱਕ ਪਹੁੰਚਾਉਂਦੀ ਹੈ। ਤੇ ਅਰਦਾਸ ਕਰਨੀ ਕਿਹਦੇ ਅੱਗੇ ਹੈ? ਉਸ ਪਰਿਪੂਰਨ ਅੱਗੇ ਜੋ ਜ਼ਰੇ ਜ਼ਰੇ 'ਚ ਜ਼ਰਖੇਜ਼ ਹੋ ਕੇ ਬੈਠਾ ਹੈ, ਜਿਹਨੂੰ ਹਰ ਜੂ ਕਿਹਾ ਗਿਆ ਹੈ, ਜਿਹੜਾ ਹਰ ਜਗ੍ਹਾ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਓਮਨੀ ਪ੍ਰੈਜੈਂਟ ਆ, ਭਾਵ ਉਹਦੇ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ ਗਈ, ਜਿਹਨੂੰ ਸਾਹਿਬ ਨੇ ਕਿਹਾ ਕਿ ਉਹ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਹਰ ਜੂ ਜਿਹੜਾ ਹਾਜ਼ਰ ਨਾਜ਼ਰ ਆ, ਜ਼ਾਹਰਾ ਜ਼ਹੂਰ ਆ, ਹਾਜ਼ਰਾ ਹਜ਼ੂਰ ਆ, ਉਹਦੇ ਅੱਗੇ ਅਰਦਾਸ ਹੈ। ਫਿਰ ਅਰਦਾਸ ਦੇ ਅਗਲੇ ਭਾਵ ਦੇ ਵਿੱਚ ਜਿਹੜੇ ਹਰਜੂ ਰਾਖ ਲਿਹੋ ਪਤ ਮੋਰੀ, ਜਿਹੜੀ ਮੇਰੀ ਅਸਲ ਦੇ ਵਿੱਚ ਇੱਜ਼ਤ ਆ, ਪਤ ਤੋਂ ਸਿੱਧੇ ਜੇ ਅਰਥ ਇੱਜ਼ਤ ਰੂਪ ਵਿੱਚ ਬਣਦੇ ਨੇ, ਇਹਨੂੰ ਵੀ ਅਹਿਸਾਸ ਵਿੱਚ ਕਰਨਾ ਕਿ ਮਨੁੱਖ ਨੂੰ ਕਰਤਾਰ ਨੇ ਜ਼ਿੰਦਗੀ ਦਿੱਤੀ ਹੈ ਅਤੇ ਇਸ ਜ਼ਿੰਦਗੀ ਦੇ ਨਾਲ ਉਹਨੇ ਕੁਝ ਡਿਊਟੀਜ਼ ਬਖਸ਼ੀਆਂ ਨੇ ਜਿਹਨਾਂ ਨੂੰ ਅਸੀਂ ਧਰਮ ਕਹਿ ਦਿੰਦੇ ਹਾਂ ਸਰਲ ਭਾਵ ਦੇ ਵਿੱਚ। ਜੇ ਬੰਦਾ ਧਰਮ ਪਾਲਕ ਹੋ ਜਾਏ, ਡਿਊਟੀਜ਼ ਨਿਭਾਉਣ ਦੇ ਸਮਰੱਥ ਹੋ ਜਾਏ ਤਾਂ ਯਕੀਨਨ ਤੌਰ 'ਤੇ ਧਰਤੀ 'ਤੇ ਜੀਏਗਾ ਬਹੁਤ ਉਮਦਾ ਢੰਗ ਦੇ ਨਾਲ। ਇੰਝ ਕਿਹਾ ਜਾਏ ਕਿ ਧਰਤੀ 'ਤੇ ਖੁਸ਼ਨੁਮਾ ਜੀਵਨ ਹੰਢਾਏਗਾ, ਉਹਦੀ ਇੱਥੇ ਇੱਜ਼ਤ ਹੋਏਗੀ, ਉੱਥੇ ਉਹਦੀ ਇਸ ਸੰਸਾਰ ਦੇ ਵਿੱਚ ਆਉਣਾ ਸਕਾਰਥ ਹੋਏਗਾ ਅਤੇ ਜਦੋਂ ਵਿਦਾ ਹੋਏਗਾ ਉਦੋਂ ਵੀ ਅਲਟੀਮੇਟਲੀ ਮੁੱਖ ਉੱਜਲ ਲੈ ਕੇ ਵਿਦਾ ਹੋਏਗਾ। ਪਾਵਨ ਬਾਣੀ ਨੇ ਇਸ ਕਿਸਮ ਦੇ ਅਹਿਸਾਸ ਸਾਨੂੰ ਇਸ ਪਾਵਨ ਸ਼ਬਦ ਦੇ ਵਿੱਚ ਦਿੱਤੇ ਨੇ, ਜਿਹਦੇ ਜ਼ਰੀਏ ਅਸੀਂ ਮਾਨਵਤਾ ਦੇ ਉਸ ਸੰਕਲਪ ਨੂੰ, ਉਸ ਅਹਿਸਾਸ ਨੂੰ ਮਾਣ ਸਕੀਏ ਕਿ ਧਰਤੀ 'ਤੇ ਆਏ ਹਾਂ, ਸਵਾਸ ਸਵਾਸ ਕਰਕੇ ਜੀਵਨ ਜੀਏ ਅਤੇ ਜੀ ਕੇ ਇੱਥੋਂ ਜਦੋਂ ਵਿਦਾ ਹੋਈਏ ਤਾਂ ਉਦੋਂ ਵੀ ਪਤ ਸਹਿਤ ਵਿਦਾ ਹੋਈਏ। ਪਰ ਇਹ ਸਾਡੇ ਇਕੱਲਿਆਂ ਦੇ ਵੱਸ ਵਿੱਚ ਬਾਤ ਨਹੀਂ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ, ਜਿਸ ਪਰਿਪੂਰਨ ਜੀ ਨੇ ਸਾਨੂੰ ਜੀਵਨ ਦੀ ਬਖਸ਼ਿਸ਼ ਕੀਤੀ ਹੈ, ਉਸ ਪਰਿਪੂਰਨ ਜੀ ਅੱਗੇ ਹੀ ਅਸੀਂ ਅਸਲ ਰੂਪ ਦੇ ਵਿੱਚ ਅਰਦਾਸ ਕਰਨੀ ਹੈ। ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਸ਼ਬਦ ਦੇ ਆਸ਼ਿਰਵਾਦ ਨਾਲ ਸਾਨੂੰ ਨਵਾਜਣਗੇ ਅਤੇ ਖਾਸ ਕਰਕੇ ਜੀਵਨ ਦਾ ਪ੍ਰਾਪਤ ਹੋਣਾ ਅਤੇ ਜੀਵਨ ਦਾ ਵਿਦਾ ਹੋਣਾ, ਪ੍ਰਾਪਤ ਹੋਣਾ ਅਸੀਂ ਜਨਮ ਦੇ ਰੂਪ ਵਿੱਚ ਲੈ ਲੈਂਦੇ ਹਾਂ, ਵਿਦਾ ਹੋਣਾ ਅਸੀਂ ਮਰਨ ਦੇ ਰੂਪ ਵਿੱਚ ਲੈ ਲੈਂਦੇ ਹਾਂ। ਇਹਨਾਂ ਦੋਵਾਂ ਦੇ ਬਾਬਤ ਇਸ ਸ਼ਬਦ 'ਚ ਬਾਤ ਹੋਏਗੀ, ਪਰ ਮੁੱਖ ਰੂਪ ਦੇ ਵਿੱਚ ਜਦੋਂ ਅਸੀਂ ਸੰਸਾਰ ਤੋਂ ਵਿਦਾ ਹੋਣਾ, ਜਦੋਂ ਸਾਡੀ ਡਿਟੈਚਮੈਂਟ ਹੋਣੀ ਹੈ ਇਸ ਦਿਸਦੀ ਹੋਈ ਦੁਨੀਆ ਦੇ ਨਾਲ, ਇਸ ਪਰਾਰੂਪ ਦੇ ਨਾਲ ਜਿਸ ਵਿੱਚ ਅਸੀਂ ਇਸ ਤਰੀਕੇ ਨਾਲ ਹੋ ਰਹੇ ਹੰਢਾ ਰਹੇ ਹਾਂ ਜੀਵਨ, ਆਓ
ਸ਼ਬਦ ਦੀ ਪ੍ਰਾਰੰਭਤਾ ਕਰ ਲੈਂਦੇ ਹਾਂ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਨਾਲ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਸੀਸ ਅਸੀਂ ਜਿਹੜੀ ਹੈ ਨਵਾਜਿਸ਼ ਦੇ ਰੂਪ ਵਿੱਚ ਲਵਾਂਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਾ ਸਾਰੇ ਮਹੱਲਾ ਨਾਵਾ, ਹਰ ਜੂ ਰਾਖ ਲੇਹੋ ਪਤ ਮੇਰੀ, ਜਮ ਕੋ ਤ੍ਰਾਸ ਭਇਓ ਉਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਰਾਗ ਜੈਤਸਰੀ ਦੇ ਵਿੱਚ ਇਹ ਪਾਵਨ ਬਖਸ਼ਿਸ਼ ਕਰ ਰਹੇ ਨੇ। ਬਚਨ ਹਰਜੂ ਰਾਖ ਲਿਹੋ ਪਤ ਮੇਰੀ, ਪਤ ਦੇ ਤੱਤੇ ਨੂੰ ਸਿਹਾਰੀ ਪਈ ਹੈ, ਜਿਹਦੇ ਸਿੰਪਲ ਜੇ ਅਰਥ ਪਤੀ ਦੇ ਰੂਪ ਵਿੱਚ ਵੀ ਲੈ ਲਏ ਜਾਂਦੇ ਨੇ, ਪਰ ਇੱਥੇ ਇੱਜ਼ਤ ਤੋਂ ਭਾਵ ਆ ਜੋ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਿ ਹੇ ਰੱਬ ਜੀ, ਮੇਰੀ ਇੱਜ਼ਤ ਰੱਖੀ, ਮੇਰੀ ਪਤ ਰੱਖੀ, ਮੇਰੀ ਲੱਜ ਪਾਲੀ। ਜਮ ਕੋ ਤ੍ਰਾਸ ਭਇਓ ਉਰ ਅੰਤਰ, ਜਮ ਮੌਤ ਦਾ ਦੂਤ ਜਿਹੜਾ ਸਾਡੀ ਰੂਹ ਕਬਜ਼ ਕਰਨ ਵਾਸਤੇ ਆਉਂਦਾ ਹੈ, ਮਿੱਥਿਕ ਤੌਰ ਤੇ ਬਾਤ ਇਸ ਰੂਪ ਵਿੱਚ ਮੰਨੀ ਗਈ ਹੈ, ਸਾਡੇ ਸਾਰਿਆਂ ਦੀ ਜ਼ਹਿਨੀਅਤ ਵਿੱਚ ਕਿਤੇ ਨਾ ਕਿਤੇ ਵਸਿਆ ਹੋਇਆ ਹੈ ਕਿ ਇੱਕ ਦਿਨ ਕਿਸੇ ਨੇ ਆਉਣਾ, ਸਾਡੀ ਰੂਹ ਨੂੰ ਕਬਜ਼ ਕਰਕੇ ਲੈ ਜਾਣਾ, ਆਪਣੇ ਕਬਜ਼ੇ 'ਚ ਲੈ ਲੈਣਾ ਉਸਨੇ। ਜਮ ਕੋ ਤ੍ਰਾਸ ਭਇਓ ਉਰ ਅੰਤਰ, ਉਰ ਹਿਰਦੇ ਨੂੰ ਕਿਹਾ ਗਿਆ ਹੈ, ਸਾਡੇ ਸਭ ਦੇ ਹਿਰਦੇ ਦੇ ਵਿੱਚ ਮਰ ਜਾਣ ਦਾ ਡਰ ਜਿਹੜਾ ਹੈ ਇਹ ਬਹੁਤ ਡੀਪ ਲੈਵਲ ਤੇ, ਗਹਿਰੇ ਲੈਵਲ ਤੇ ਮੌਜੂਦ ਹੈ। ਸਾਹਿਬ ਨੇ ਉਹਦੀ ਬਾਤ ਕੀਤੀ ਕਿ ਜਮ ਕੋ ਤ੍ਰਾਸ ਪਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਸ ਡਰ ਤੋਂ ਆਪਣੇ ਆਪ ਨੂੰ ਬਾਹਰ ਕੱਢਣ ਲਈ ਹੇ ਕਿਰਪਾ ਨਿਧ, ਕਿਰਪਾ ਨਿਧ, ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਕਿਰਪਾ ਕਹਿੰਦੇ ਨੇ ਬਖਸ਼ਿਸ਼ ਨੂੰ, ਜਿਹੜਾ ਬਖਸ਼ਿਸ਼ ਦਾ ਖਜ਼ਾਨਾ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਆਪ ਹੈ, ਮੈਂ ਉਹਦੇ ਅੱਗੇ ਅਰਦਾਸ ਕਰ ਰਿਹਾ ਤੇ ਕਹਿ ਰਿਹਾ ਦਾਤਾ ਮੈਨੂੰ ਇਸ ਚੀਜ਼ ਤੋਂ ਬਾਹਰ ਕੱਢ, ਮੈਨੂੰ ਇਸ ਚੀਜ਼ ਤੋਂ ਬਚਾ। ਹੁਣ ਇਸ ਇੱਕ ਹੋਰ ਲੈਵਲ ਵਿੱਚ ਲੈ ਲੈਣਾ ਇਸ ਨੂੰ। ਬਾਣੀ ਦੇ ਵਿੱਚੋਂ, ਆਪਣੇ ਲਿਟਰੇਚਰ ਦੇ ਵਿੱਚੋਂ ਅਸੀਂ ਇੱਕ ਤੋਂ ਬਾਅਦ ਇੱਕ ਮਿਸਾਲਾਂ ਇਸ ਤਰੀਕੇ ਨਾਲ ਦੇਖਦੇ ਹਾਂ। ਆਪ ਕਵਿਓ ਬਾਚ ਬੇਨਤੀ ਚੌਪਈ ਸਾਹਿਬ ਪੜ੍ਹਦੇ ਹੋ, ਉਹਦੇ ਵਿੱਚ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਇੱਥੋਂ ਵਾਕ ਪ੍ਰਾਰੰਭ ਹੁੰਦੇ ਨੇ। ਅਰਦਾਸਾਂ ਹੋ ਰਹੀਆਂ ਨੇ, ਤਰਲੇ ਹੋ ਰਹੇ ਨੇ, ਸਾਨੂੰ ਹੱਥ ਦੇ ਕੇ ਬਚਾ, ਸਾਡੀ ਰੱਖਿਆ ਕਰ। ਅਹਿਸਾਸ ਆਉਂਦਾ ਹੈ ਅਸੀਂ ਤੇ ਉਹਨਾਂ ਪੁਰਖਿਆਂ ਦੇ ਰੂਪ ਦੇ ਵਿੱਚੋਂ ਅੰਸ਼ ਬੰਸ਼ ਹੋ ਕੇ ਆ ਰਹੇ ਹਾਂ, ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਕਿਸੇ ਚੀਜ਼ ਦੀ, ਜਿਹੜੇ ਪੋਰਿਆਂ ਪੋਰਿਆਂ ਹੋ ਗਏ, ਜਿਹੜੇ ਆਪਣੇ ਆਪ ਨੂੰ ਕੀਮਾ ਕੀਮਾ ਕਰਾ ਗਏ, ਪਰ ਹੈ ਕਿਸੇ ਕਿਸਮ ਦੇ ਨਾਲ ਕਿਸੇ ਦੇ ਸਾਹਮਣੇ ਕਿਹਾ ਹੋਏ ਤਰਲਾ ਲੈ ਕੇ ਸਾਨੂੰ ਬਚਾ ਲਓ, ਸਾਨੂੰ ਛੱਡ ਦਿਓ, ਸਾਨੂੰ ਇਸ ਰੂਪ ਵਿੱਚ ਹੋ ਜਾਏ, ਆਹ ਕੀ ਬਾਤ ਹੋ ਰਹੀ ਹੈ? ਇਹਦੇ ਚ ਦੋ ਚੀਜ਼ਾਂ ਯਾਦ ਰੱਖਣੀਆਂ, ਇੱਕ ਤੇ ਅਰਜੋਈ ਹੈ ਅਕਾਲ ਪੁਰਖ ਵਾਹਿਗੁਰੂ ਅੱਗੇ, ਕਿਉਂਕਿ ਬਾਣੀ ਦਾ ਆਸ਼ਾ ਇਹ ਹੈ ਮਾਨੁਖ ਕੀ ਟੇਕ ਬਿਰਥੀ ਸਵਜਾਨ, ਦੇਵਨ ਕੋ ਏਕ ਹੈ ਭਗਵਾਨ। ਅਰਦਾਸ ਕਰ ਉਹਦੇ ਅੱਗੇ ਜੋ ਵਾਕਿਆ ਚ ਅਰਦਾਸ ਦੇ ਸਮਰੱਥ ਹੈ, ਸੁਣਨ ਦੇ ਤੇ ਪੂਰੀ ਕਰਨ ਦੇ। ਦੂਸਰੀ ਬਾਤ, ਜਿਹੜੀ ਅਰਦਾਸ ਵਿੱਚ ਬਾਤ ਆ ਰਹੀ ਹੈ, ਇਸ ਤੁਸੀਂ ਜਿਸ ਤਰੀਕੇ ਦੇ ਬਚਨ ਮੈਂ ਅਲਾਪ ਰਿਹਾ ਸੀਗਾ ਕਿ ਹੱਥ ਦੇ ਕੇ ਰੱਖਿਆ ਕਰਨ ਵਾਲੀ ਬਾਤ, ਇਹ ਥੋੜ੍ਹਾ ਅੱਗੇ ਹੋਰ ਚਲੇ ਜਾਈਏ ਉਸੇ ਰਚਨਾ ਦੇ ਵਿੱਚ। ਕਿਹਾ ਜਾਂਦਾ ਹੈ ਕਿ ਆਪ ਹੱਥ ਦੇ ਮੁਝੇ ਉਭਰੀ ਹੈ, ਮੈਨੂੰ ਹੱਥ ਦੇ ਕੇ ਨਾ ਆਪ ਉਬਾਰ ਲੈ, ਕਿਸ ਚੀਜ਼ ਤੋਂ? ਮੌਤ ਤੋਂ? ਮੌਤ ਦੀ ਤੇ ਪਰਵਾਹ ਹੀ ਨਹੀਂ ਕੀਤੀ, ਨਹੀਂ, ਸੱਚਾਈ ਇਹ ਹੈ, ਧਿਆਨ ਨਾਲ ਦੇਖਣਾ, ਆਪ ਹੱਥ ਦੇ ਮੁਝੇ ਉਭਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ,
ਮਰਨ ਕਾਲ ਆਵੇ ਲੱਖ ਵਾਰ ਆਵੇ ਉਹਦਾ ਤਰਾਸ ਨਾ ਆਵੇ। ਤਰਾਸ ਡਰ ਹੈ ਅਸਲ ਵਿੱਚ, ਭੈ ਹੈ, ਮੌਤ ਹੋਰ ਹੈ, ਮੌਤ ਦਾ ਭੈ ਹੋਰ ਹੈ। ਜੇ ਬੰਦਾ ਮੌਤ ਦੇ ਭੈ ਵਿੱਚ ਜੀਏਗਾ ਉਹ ਜੀਵਨ ਨਹੀਂ ਮਾਣ ਸਕੇਗਾ। ਕਿਸ ਅਸੂਲ ਤੇ ਖੜੇਗਾ, ਕਿਸ ਸਿਧਾਂਤ ਤੇ ਖੜੇਗਾ, ਕਿਸ ਰੂਪ ਦੇ ਵਿੱਚ ਜੀਵਨ ਨੂੰ ਸਹੀ ਰੂਪ ਵਿੱਚ ਅਹਿਸਾਸ ਸਕੇਗਾ। ਪਲ ਪਲ ਦੇ ਵਿੱਚ ਉਹ ਕਈ ਕਈ ਵਾਰ ਜਿਹੜਾ ਹੈਗਾ ਆਪਣੇ ਡਰ ਦੇ ਅੰਦਰ ਹੀ ਜਿਹੜਾ ਹੈਗਾ ਰਹਿ ਰਹਿ ਕੇ ਮਰੇਗਾ। ਮਹਾਰਾਜ ਜੀ ਨੇ ਜਿਹੜਾ ਅਹਿਸਾਸ ਕਰਾਇਆ ਕਿ ਇਹਦੇ ਤੋਂ ਬਾਹਰ ਆ ਇੱਕ ਰੰਗ ਹੋਰ ਦੇਖਣਾ, ਆ ਪਾਵਨ ਬਾਣੀ ਹੈ, ਇਸ਼ਟ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨੂੰ ਤੁਸੀਂ ਥੋੜੇ ਗੌਰ ਨਾਲ ਜੇ ਪੜ੍ਹੋਗੇ ਤੇ ਅਹਿਸਾਸ ਕਰੋਗੇ ਇਸ ਪਾਵਨ ਬਾਣੀ ਦੇ ਵਿੱਚ ਜਿਸ ਚੀਜ਼ ਬਾਰੇ ਬਹੁਤ ਜ਼ਿਆਦਾ ਬਾਤ ਹੋ ਰਹੀ ਹੈ ਉਹ ਕੁਝ ਇੱਕ ਮਜ਼ਮੂਨ ਨੇ, ਟੌਪਿਕਸ ਨੇ ਜਿਹੜੇ ਰਿਪੀਟ ਹੁੰਦੇ ਨੇ ਵਾਰ ਵਾਰ। ਜਿਵੇਂ ਸਭ ਤੋਂ ਵੱਧ ਜਿਹੜਾ ਟੌਪਿਕ ਰਿਪੀਟ ਹੁੰਦਾ ਬਾਣੀ ਦੇ ਵਿੱਚ ਉਹ ਹੈ ਨਾਮ। ਨਾਮ ਜਪੋ, ਨਾਮੀ ਨਾਲ ਜੁੜੋ, ਨਾਮ ਨਾਲ ਜੁੜੋ, ਇਹਦੇ ਬਾਬਤ। ਨਾਮ ਤੋਂ ਬਾਅਦ ਜਿਹਦੀ ਬਾਣੀ 'ਚ ਬਹੁਤ ਚਰਚਾ ਹੈ ਉਹ ਮੌਤ ਹੈ। ਅਕਸਰ ਇਹ ਵੀ ਗੱਲ ਹੋਈ, ਮਹਾਰਾਜ ਇੰਨੀ ਚਰਚਾ ਕਿਉਂ ਕਰ ਰਹੇ ਨੇ ਮੌਤ ਦੀ, ਸਾਨੂੰ ਡਰਾ ਰਹੇ ਨੇ? ਨਹੀਂ, ਦਾਨਿਸ਼ਮੰਦਾਂ ਨੇ ਵਾਕ ਲਿਖਿਆ ਹੈ ਮਹਾਰਾਜ ਡਰਾ ਨਹੀਂ ਰਹੇ, ਸਮਝਾ ਰਹੇ ਨੇ। ਡਰ ਜਾਣਾ ਹੋਰ ਚੀਜ਼ ਹੈ, ਸਮਝ ਆ ਜਾਣੀ ਹੋਰ ਚੀਜ਼ ਹੈ। ਜਦੋਂ ਸਮਝ ਆ ਗਈ ਫਿਰ ਇਹ ਵੀ ਅਹਿਸਾਸ ਹੈ। ਅੱਜ ਜਿਹੜਾ ਸਮਾਜ ਅਸੀਂ ਸਿਰਜ ਲਿਆ ਇਹ ਸਮਾਜ ਹੋਰ ਕਿਸਮ ਦਾ। ਥੋੜੇ ਦਿਨਾਂ ਤੱਕ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਅਸੀਂ ਜਿਹੜਾ ਹੈਗਾ ਸ਼ਹੀਦਾਂ ਨੂੰ ਨਮਨ ਕਰਨਾ ਹੈ। ਆਪ ਅਹਿਸਾਸ ਕਰੋ ਜਿਸ ਸਮਾਜ 'ਚ ਅੱਜ ਅਸੀਂ ਜੀ ਰਹੇ ਹਾਂ ਇਹਦੇ ਵਿੱਚ ਬੰਦਾ ਇਸ ਤਰੀਕੇ ਨਾਲ ਜੀ ਰਿਹਾ ਕਿ ਇੱਕ ਛੋਟੀ ਜਿਹੀ ਉਹਨੂੰ ਸੂਲ ਵੀ ਚੁੱਭੇ ਤੇ ਉਹ ਸੋਚਦਾ ਕਿ ਸਭ ਖਤਮ ਹੋ ਰਿਹਾ। ਉਹਨਾਂ ਵੱਲ ਦੇਖੋ ਜਿਹੜੇ ਸੂਲੀਆਂ ਤੇ ਚੜ ਗਏ ਤੇ ਸੂਲੀਆਂ ਤੇ ਵੀ ਇਬਰਤਨਾਕ ਹਾਲਤ ਜਿਹੜੀ ਅਸੀਂ ਕਿਸੇ ਰੂਪ ਵਿੱਚ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਇਤਨੀਆਂ ਮਾਸੂਮ ਉਮਰਾਂ ਦੇ ਵਿੱਚ ਇਸ ਕਿਸਮ ਦੇ ਅਕੈ ਤੇ ਅਸਹਿ ਤਸੀਹੇ ਸਹਿੰਦੇ ਹੋਏ। ਇਹਦੀ ਬਾਤ ਕੀ ਹੋਈ? ਇਹਦੇ ਪਿੱਛੇ ਅਲਟੀਮੇਟਲੀ ਜਿਹੜੀ ਰਚਨਾ ਹੈ, ਜਿਹੜਾ ਫਲਸਫਾ ਹੈ, ਜਿਹੜੀ ਦਾਰਸ਼ਨਿਕਤਾ ਹੈ, ਜਿਹੜੀ ਖਿਆਲਤ ਆਈ ਹੈ ਉਹ ਕਿਸ ਰੂਪ ਵਿੱਚ ਆ ਰਹੀ ਹੈ? ਅਸੀਂ ਪਾਵਨ ਬਾਣੀ 'ਚ ਪੜ੍ਹਦੇ ਹਾਂ ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਨਤ ਦਿਨ ਦਿਨ ਅਵਧ ਕੱਟਤ ਹੈ। ਜਨਮ ਹੁੰਦਾ ਹੈ, ਲੋਕੀ ਵਧਾਈਆਂ ਮੁਬਾਰਕਾਂ ਸਭ ਠੀਕ ਹੈ, ਬਿਲਕੁਲ ਉਸ ਰੂਪ ਵਿੱਚ ਕਰਤਾਰ ਦੀ ਬਖਸ਼ਿਸ਼ ਹੈ, ਪਰ ਇਹ ਵੀ ਅਹਿਸਾਸ ਰੱਖਿਆ ਜਾਏ ਜੀਵਨ ਆਇਆ ਹੈ ਜਾਣ ਵਾਸਤੇ। ਜੇ ਇਹ ਸੁਰਤ 'ਚ ਚੀਜ਼ ਰਹੇ ਤੇ ਫਿਰ ਇਸ ਜੀਵਨ ਨਾਲ ਜਿਸ ਕਿਸਮ ਦਾ ਮੋਹ ਤੇ ਜਿਸ ਕਿਸਮ ਦਾ ਤੇਹ ਪੈ ਜਾਂਦਾ ਹੈ ਬੰਦਾ ਉਹਦੇ ਤੋਂ ਬਾਹਰ ਆ ਸਕਦਾ ਹੈ। ਜਿਹੜਾ ਅਹਿਸਾਸ ਕਰਾਇਆ ਗਿਆ ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਨਤ ਦਿਨ ਦਿਨ ਅਵਧ ਕਟਤ ਹੈ, ਮੋਰ ਮੋਰ ਕਰ ਅਧਿਕ ਲਾਡਦਰ ਪੇਖਤ ਹੀ ਜਮਰਾਓ ਹਸੈ। ਮਾਂ ਸੋਚਦੀ ਹੈ ਇਹ ਮੇਰਾ ਪੁੱਤ ਆ, ਮੇਰੀ ਔਲਾਦ ਆ, ਇਹ ਵੱਡਾ ਹੋ ਰਿਹਾ। ਮਹਾਰਾਜ ਕਹਿੰਦੇ ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਵਾਲੀ ਬਾਤ ਨਹੀਂ, ਮਾਂ ਇਹਦਾ ਕੱਦ ਵੱਡਾ ਹੋ ਰਿਹਾ, ਉਮਰ ਘੱਟ ਰਹੀ ਹੈ ਇਹਦੀ। ਜਿਹੜਾ ਜੀਵਨ ਦਾ ਸਪੈਨ ਆ ਨਾ, ਜਿਹੜੀ ਬਾਤ ਅਸਲ ਵਿੱਚ ਕਹੀ ਗਈ ਕਿ ਦਿਨ ਦਿਨ ਅਵਧ ਘਟਤ ਹੈ, ਡੇ ਬਾਈ ਡੇ ਇਹਦਾ ਸਪੈਮ ਛੋਟਾ ਹੋ ਰਿਹਾ। ਇਹ ਅਹਿਸਾਸ ਜੇ ਜੀਵਨ ਦੇ ਅੰਦਰ ਰਹੇ, ਜਿਹੜੇ ਕਰਮ ਕਰਨੇ ਨੇ ਉਹਨਾਂ ਦੇ ਪ੍ਰਤੀ ਆਪਣੇ ਆਪ ਨੂੰ ਤੋਰ ਸਕਾਂਗੇ। ਫਿਰ ਸਿਰਫ ਇਸ ਡਰ ਦੇ ਵਿੱਚ ਕਿ ਮੈਂ ਮਰ ਜਾਣਾ ਹੈ, ਮੈਂ ਤੁਰ ਜਾਣਾ ਹੈ, ਮੇਰਾ ਕਿਤੇ ਕੋਈ ਜੀਵਨ ਨਾ ਖਤਮ ਕਰ ਦੇ, ਬੰਦਾ ਅਸੂਲ ਤੋਂ ਡਿੱਗ ਜੇ, ਸਿਧਾਂਤ ਤੋਂ ਡਿੱਗ ਜੇ, ਐਸੀ ਵੀ ਬਾਤ ਨਹੀਂ। ਸਿੱਖੀ ਆਸ਼ਰ ਨੇ ਇਹਨੂੰ ਜਿਹੜੀ ਪਰਪੱਕਤਾ ਵਿੱਚ ਲੈ ਕੇ ਆਉਂਦਾ, ਆਹ ਰੂਪ ਮਹਾਰਾਜ ਜੀ ਨੇ ਸਾਡੇ ਅਹਿਸਾਸ ਵਿੱਚ ਪਾਇਆ। ਫਿਰ ਧਿਆਨ ਨਾਲ ਪਕੜਨਾ ਇਸ ਚੀਜ਼ ਨੂੰ ਜਿਹੜੀ ਬਾਤ ਪ੍ਰਾਰੰਭ ਕੀਤੀ ਸੀਗੀ ਕਿ ਆਪ ਹਾਥ ਦੇ ਮੁਝੇ ਉਭਰੀ ਹੈ, ਮਰਨ ਕਾਲ ਕਾ ਤਰਾਸ ਨਹੀਂ ਵਰੀ ਹੈ। ਮਰਨ ਕਾਲ ਆਵੇ ਜ਼ਰੂਰ ਆਵੇ ਪਰ ਉਹਦਾ ਤਰਾਸ ਨਾ ਆਵੇ। ਤੇ ਇਹੀ ਫਿਰ ਬਾਣੀ ਨੇ ਫਿਰ ਕਿਹਾ, ਮਹਾਰਾਜ ਜ਼ਿਕਰ ਕਰਦੇ, ਜਿਵ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਜਿਸ ਮਰਨ ਤੋਂ ਸਾਰਾ ਸੰਸਾਰ ਡਰਿਆ ਪਿਆ, ਗੁਰੂ ਨੇ ਮੇਰੇ ਵਾਸਤੇ ਉਹਦੀ ਪ੍ਰਗਾਸ਼ਨਾ ਕਰ ਦਿੱਤੀ। ਪ੍ਰਗਾਸ਼ਨਾ
ਇਨਲਾਈਟਮੈਂਟ ਜਿਹਨੂੰ ਅਸੀਂ ਅੰਦਰ ਦੀ ਸੋਝੀ ਕਹਿੰਦੇ ਹਾਂ, ਰੋਸ਼ਨ ਦਿਮਾਗ ਹੋ ਜਾਣਾ, ਚੀਜ਼ਾਂ ਨੂੰ ਸਹੀ ਰੂਪ ਵਿੱਚ ਸਹੀ ਵੇਰਵੇ ਚ ਵੇਖ ਲੈਣਾ। ਜਿਵੇਂ ਅਸੀਂ ਵਾਕ ਪੜ੍ਹਦੇ ਹਾਂ ਨਾ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਮੌਤ ਨੂੰ ਜਿਵੇਂ ਅਸੀਂ ਸਮਝ ਕੇ ਬੈਠੇ ਹਾਂ, ਮੌਤ ਤੇ ਉਹ ਹੈ ਹੀ ਨਹੀਂ। ਬਾਣੀ ਕਹਿੰਦੀ ਹੈ ਤੂੰ ਕੁਝ ਹੋਰ ਸਮਝ ਰਿਹਾ, ਕਰਤਾਰ ਨੇ ਕੁਝ ਹੋਰ ਬਣਾਇਆ। ਕੀ ਬਣਾਇਆ? ਕਰਤਾਰ ਨੇ। ਗੁਰੂ ਅਰਜਨ ਸਾਹਿਬ ਦਾ ਅਸੀਂ ਵਾਕ ਪੜ੍ਹੀਏ, ਮਹਾਰਾਜ ਜ਼ਿਕਰ ਕਰਦੇ, ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲਜਾਇਆ, ਮਾਟੀ ਮਾਟੀ ਹੋਈ ਏਕ। ਜਿਹਨੂੰ ਅਸੀਂ ਮੌਤ ਕਹਿ ਰਹੇ ਹਾਂ, ਬੁਨਿਆਦੀ ਤੌਰ ਤੇ ਤੱਤਾਂ ਦੀ ਅਸਲ ਰੂਪ ਜਿਹੜੀ ਡਿਸਮੈਂਟਲ ਹੋਣਾ ਹੈ, ਉਹਨਾਂ ਦਾ ਵੱਖਰਾ ਹੋਣਾ ਹੈ। ਤੱਤ ਜੁੜੇ ਨੇ, ਜਿਹਨੂੰ ਅਸੀਂ ਇਸ ਤਰ੍ਹਾਂ ਵੀ ਪੜ੍ਹਦੇ ਹਾਂ, ਸੰਯੋਗ ਵਿਯੋਗ ਦੁਇਕਾਰ ਚਲਾਵੈ। ਕੋਈ ਰੀਜ਼ਨ ਬਣਦਾ ਹੈ, ਕਰਤਾਰ ਦੇ ਹੁਕਮ ਦੇ ਵਿੱਚ ਤੱਤਾਂ ਦਾ ਸੰਯੋਗ ਹੁੰਦਾ ਹੈ, ਮਿੱਟੀ ਰੁਮਕਣ ਲੱਗ ਜਾਂਦੀ ਹੈ ਐਜ਼ ਏ ਫੀਟਸ ਦੇ ਰੂਪ ਵਿੱਚ, ਭਰੂਣ ਦੇ ਰੂਪ ਦੇ ਵਿੱਚ ਮਿੱਟੀ ਦੀ ਹਿਲਜੁਲ ਹੁੰਦੀ ਹੈ। ਉਹ ਮਿੱਟੀ ਜੀਵਨ ਪਾ ਕੇ ਧਰਤੀ ਤੇ ਆਮਦ ਲੈਂਦੀ ਹੈ, ਕਿਲਕਾਰੀਆਂ ਪਾਉਂਦੀ ਹੈ। ਇਹਨੂੰ ਅਸੀਂ ਵਾਕ ਪੜ੍ਹਦੇ ਨਾ, ਮਾਟੀ ਕੋ ਪੁੱਤਰਾ ਕੈਸੋ ਨਚਤ ਹੈ, ਅਸਲ ਵਿੱਚ ਹੈ ਤੇ ਇਹੀ ਹੈ। ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ, ਕਬੀਰਾ ਧੂਰ ਸੰਕੇਲ ਕੈ ਪੁਰੀਆ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਅਲਟੀਮੇਟਲੀ ਇਹੋ ਹੀ ਹੈ, ਪਰ ਇਹ ਇਨਲਾਈਟਮੈਂਟ ਆ ਜਾਣੀ, ਸਮਝ ਆ ਜਾਣੀ ਕਿ ਇਹ ਜਿਹੜਾ ਸਾਰ ਤੱਤ ਕਰਤਾਰ ਨੇ ਦਿੱਤਾ ਹੈ, ਇਹ ਇਸ ਤਰੀਕੇ ਨਾਲ ਮੈਨੂੰ ਮਿਲਿਆ, ਇਹਨੇ ਸਦਾ ਨਹੀਂ ਰਹਿਣਾ, ਹਮੇਸ਼ਾ ਨਹੀਂ ਰਹਿਣਾ, ਇਹ ਥੋੜੇ ਸਪੈਮਲੀ ਆਇਆ ਤੇ ਆਇਆ ਵੀ ਇਸ ਤਰੀਕੇ ਨਾਲ, ਤੱਤਾਂ ਦਾ ਜੁੜਾ ਹੋਇਆ, ਤੱਤਾਂ ਦਾ ਉਖੜਾ ਹੋ ਜਾਣਾ ਹੈ। ਜੇ ਇੰਨੀ ਕੁ ਸਮਝ ਆ ਗਈ, ਜਿਹ ਮਰਨਾ ਸਭ ਜਗਤ ਤ੍ਰਾਸਿਆ, ਜਿਹੜਾ ਸੰਸਾਰ ਸਾਰੇ ਦਾ ਤ੍ਰਾਹ ਨਿਕਲਿਆ ਪਿਆ ਸੀਗਾ। ਇੱਕ ਰੰਗ ਹੋਰ ਲੈ ਲੈਣਾ ਇਹਦੇ ਨਾਲ, ਅੱਜ ਵੀ ਅਸੀਂ ਸਮਾਜ ਵਿੱਚ ਦੇਖਦੇ ਹਾਂ ਜਿਹੜੀ ਸਭ ਤੋਂ ਵੱਡੀ ਪਨਿਸ਼ਮੈਂਟ ਹੈਗੀ ਹੈ, ਉਹ ਕੈਪੀਟਲ ਪਨਿਸ਼ਮੈਂਟ ਡੈਥ ਹੈਗੀ, ਮੌਤ, ਸਜਾਏ ਮੌਤ ਦੇ ਦੇਣੀ ਕਿਸੇ ਨੂੰ। ਮੌਤ ਦਾ ਭੈ ਬੰਦੇ 'ਚ ਸਭ ਤੋਂ ਵੱਡਾ ਭੈ ਗਰਦਾਨਿਆ ਗਿਆ। ਮਹਾਰਾਜ ਜੀ ਨੇ ਅਹਿਸਾਸ ਕਰਾਇਆ, ਜੇ ਬੰਦੇ 'ਚੋਂ ਇਹੀ ਕੱਢ ਦਿੱਤਾ ਜਾਏ, ਜੇ ਇਹੀ ਜੁਦਾ ਕਰ ਦਿੱਤਾ ਜਾਏ, ਫਿਰ ਬੰਦਾ ਇਸ ਧਰਤੀ 'ਤੇ ਕਿਵੇਂ ਵਿਚਰੇਗਾ? ਉਹ ਜਿਸ ਰੂਪ ਵਿੱਚ ਵਿਚਰੇਗਾ ਉਹਦੀ ਪੱਤ ਰਹੇਗੀ। ਉਹ ਸੋਚੇਗਾ, ਮੈਂ ਇਸ ਧਰਤੀ ਦੇ ਪ੍ਰਤੀ ਜਿਹੜੀ ਆਪਣੀ ਡਿਊਟੀ ਹੈ, ਜਿਹਦੇ ਵਾਸਤੇ ਮੈਨੂੰ ਇਹ ਸਪੈਮ ਮੌਕਾ ਮਿਲਿਆ ਜੀਵਨ ਦਾ ਥੋੜਾ, ਉਹਨੂੰ ਉਸ ਤਰੀਕੇ ਨਾਲ ਹੰਡਾਵਾਂ, ਉਸ ਤਰੀਕੇ ਨਾਲ ਵਰਤਾਂ। ਸਾਹਿਬ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਇਹਦੀਆਂ ਅਰਦਾਸਾਂ ਕਰਦੇ ਨੇ ਵੀ ਆਖਰਕਾਰ ਅੱਜ ਨਹੀਂ ਤੇ ਕੱਲ ਇਹ ਸਮਾਂ ਤੇ ਆਉਣਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀਗਾ, ਰਾਮ ਗਇਓ ਰਾਵਣ ਗਇਓ। ਲੋਕੀ ਅਹਿਸਾਸ ਤੇ ਨੇ ਕਿ ਅਸੀਂ ਸ਼ਾਇਦ ਸਦਾ ਐਜ਼ ਇਟ ਇਜ਼ ਹੀ ਰਵਾਂਗੇ, ਐਵੇਂ ਹੀ ਰਵਾਂਗੇ। ਇੱਕ ਹੋਰ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਪਾਵਨ ਬਚਨ, ਮੌਤ ਦੇ ਪ੍ਰਤੀ ਕਈ ਵਾਰੀ ਅਹਿਸਾਸ ਆ ਜਾਂਦਾ। ਸਾਹਿਬ ਕਹਿੰਦੇ ਦੇਖਣੇ 'ਚ ਆਇਆ ਹੈ ਕਿ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਹੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਏ। ਇੱਕ ਅਚਰਜ ਕੌਤਕ ਆ, ਅੱਖਾਂ ਦੇ ਸਾਹਮਣੇ ਬਿਨਸਦਾ, ਉਹਦੇ ਭੁਰੇ ਤੇ ਬੈਠਦੇ ਹਾਂ, ਉਹਨੂੰ ਸ਼ਮਸ਼ਾਨ ਤੱਕ ਲੈ ਕੇ ਜਾਂਦੇ ਹਾਂ, ਉਹਨੂੰ ਆਪ ਛੱਡ ਕੇ ਆਉਂਦੇ ਹਾਂ ਤੇ ਸੋਚਦੇ ਹਾਂ ਇੰਨੇ ਹੀ ਜਾਣਾ ਸੀ, ਮੈਂ ਨਹੀਂ ਜਾਣਾ। ਆਹ ਜਿਹੜੀ ਚੀਜ਼ ਹੈ ਅਸ਼ਚਰਜ ਕਰ ਦਿੰਦੀ ਹੈ, ਵਿਸਮਾਦ ਕਰ ਦਿੰਦੀ ਹੈ। ਤਲਕ ਹਕੀਕਤ ਹੈ, ਜੋ ਆਇਆ ਹੈ ਉਹਨੇ ਜਾਣਾ ਹੈ। ਇਹ ਵੀ ਸਾਹਿਬ ਨੇ ਕਿਹਾ ਸੀਗਾ, ਜੋ ਉਪਜੋ ਸੋ ਬਿਨਸ ਹੈ। ਜਿਹਦੀ ਪੈਦਾਇਸ਼ ਹੋਈ ਉਹਦਾ ਜਾਣਾ ਵੀ ਹੋਏਗਾ, ਪਰ ਇਸ ਪੈਦਾਇਸ਼ ਤੇ ਅਤੇ ਜਾਣ ਦੇ ਦਰਮਿਆਨ ਜਿਹੜੀ ਚੀਜ਼ ਪਈ ਹੋਈ ਹੈ ਉਹ ਡਰ ਹੈ, ਉਹ ਭੈ ਹੈ, ਕਿਤੇ ਮੈਂ ਗੁਜ਼ਰ ਨਾ ਜਾਵਾਂ, ਕਿਤੇ ਮੈਂ ਮਰ ਨਾ ਜਾਵਾਂ। ਇੱਕ ਰੰਗ ਹੋਰ ਲੈ ਲੈਣਾ, ਮੈਂ ਖਾਸ ਕਰਕੇ ਵੈਸਟਨਾਈ ਸੋਸਾਇਟੀ 'ਚ ਦੇਖਦਾ ਵਾਂ, ਅਸੀਂ ਮਾਰਟਰਸ ਨੂੰ, ਸ਼ਹੀਦਾਂ ਨੂੰ ਬਹੁਤ ਵੱਡਾ ਰੁਤਬਾ ਵੇਖਦੇ ਹਾਂ। ਅਸੀਂ ਇਹ ਵੇਖਦੇ ਹਾਂ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਸਾਡੇ ਇਤਿਹਾਸਿਕ ਲਿਟਰੇਚਰ ਦੇ 'ਚ ਬਚਨ ਆਏ ਨੇ ਕਿ ਬੰਦੇ ਨੂੰ ਬਜਰ ਤੋਂ ਬਜਰ ਕੁਰਹਿਤ ਵੀ ਤੰਗ ਕਰੇ ਨਾ, ਬਜਰ ਤੋਂ ਬਜਰ ਪਾਪ ਵੀ ਤੰਗ ਕਰੇ,
ਕਹਿੰਦੇ ਸ਼ਹੀਦਾਂ ਦਾ ਨਾਮ ਮੂੰਹ ਤੇ ਲੈ ਆਵੇ ਬਜਰ ਪਾਪ ਛੱਡ ਕੇ ਭੱਜ ਜਾਂਦਾ ਹੈ। ਸ਼ਹੀਦ ਦਾ ਰੁਤਬਾ ਐਡਾ ਵੱਡਾ ਹੈ। ਮਗਰ ਇਹ ਵੀ ਬਾਤ ਆ ਰਹੀ ਹੈ ਕਿ ਧਰਮ ਦੇ ਨਾਂ ਦੇ ਉੱਤੇ ਮਰਨ ਵਾਲੇ ਲੋਕ ਫੈਨੈਟਿਕ ਤੇ ਨਹੀਂ, ਕਿਤੇ ਐਸੇ ਤੇ ਨਹੀਂ ਜਿਹੜੇ ਜਿਹਨਾਂ ਨੂੰ ਸੋਚ ਹੀ ਨਹੀਂ ਹੈ, ਜਿਹਨਾਂ ਨੂੰ ਸਿਰਫ ਇਹੋ ਚੀਜ਼ ਸਿਖਾਈ ਗਈ ਕਿ ਬਸ ਮਰ ਜਾਓ ਇਸ ਰੂਪ ਦੇ ਚ। ਇਹ ਵੀ ਇੱਕ ਮੌਤ ਨੂੰ ਲੋਕੀ ਸਰ ਕਰਨ ਵਾਲੀ ਬਾਤ ਕਰਦੇ ਨੇ। ਮਹਾਰਾਜ ਨੇ ਇਹ ਬਾਤ ਨਹੀਂ ਦਿੱਤੀ। ਮਹਾਰਾਜ ਨੇ ਜੀਵਨ ਦੀ ਜਿਹੜੀ ਵੈਲਿਊ ਹੈ ਇਹਨੂੰ ਮਾਈਨਸ ਨਹੀਂ ਕੀਤਾ, ਬਲਕਿ ਇਹ ਕਿਹਾ ਇੱਕ ਰੰਗ ਹੋਰ ਦੇਖਣਾ। ਜਿਹੜੀ ਮੌਤ ਬਾਰੇ ਇੰਨੀ ਚਰਚਾ ਹੈ ਬਾਣੀ ਦੇ ਵਿੱਚ, ਇਹਦਾ ਇੱਕ ਮੁੱਖ ਰੀਜ਼ਨ ਇਹ ਵੀ ਬਣਦਾ ਹੈ ਜਿੰਨਾ ਕੁ ਸਾਡੇ ਕੋਲ ਸਮਾਂ ਤੇ ਵਕਤ ਹੈ ਇਹਨੂੰ ਸਹੀ ਰੂਪ ਵਿੱਚ ਮਾਣ ਸਕੀਏ। ਬੰਦੇ ਨੂੰ ਅਹਿਸਾਸ ਹੋਏ ਇਸ ਧਰਤੀ ਦੇ ਉੱਤੇ ਮੈਂ ਮਹਿਮਾਨ ਦੀ ਤਰ੍ਹਾਂ ਹਾਂ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਪੜ੍ਹਦੇ ਹਾਂ, ਜਦੋਂ ਤੁਸੀਂ ਅਖੀਰਲੇ ਪਦਿਆਂ ਤੇ ਆਉਂਦੇ ਹੋ, ਖਾਸ ਕਰਕੇ ਖੰਡਾਂ ਦੇ ਵਿੱਚ ਜਿਹਦੇ ਚ ਸਾਹਿਬ ਜ਼ਿਕਰ ਕਰਦੇ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮਸਾਲਾ ਤੋਂ ਮੁਰਾਦ ਕੀ ਹੈ? ਜਿੱਥੇ ਅਸੀਂ ਥੋੜ ਚਿਰੇ ਹਾਂ, ਜਿੱਥੇ ਅਸੀਂ ਵਕਤੀ ਤੌਰ ਤੇ ਹਾਂ। ਬੰਦਾ ਮਹਿਮਾਨ ਦੇ ਰੂਪ ਦੇ ਵਿੱਚ, ਜਿਹਨੂੰ ਸਾਹਿਬ ਨੇ ਕਿਹਾ ਗੋਇਲ ਆਇਆ ਗੋਇਲੀ ਕਿਆ ਡੰਫ ਪਸਾਰ। ਅਸੀਂ ਜਿਵੇਂ ਗੁੱਜਰ ਆਪਣੇ ਪਸ਼ੂਆਂ ਨੂੰ ਲੈ ਕੇ ਕਿਸੇ ਚਾਰਾਗਾਹ ਤੱਕ ਪਹੁੰਚਦੇ ਨੇ ਤੇ ਆਖਰਕਾਰ ਦੋ ਦਿਨਾਂ ਦੇ ਟਿਕਾਣੇ ਤੋਂ ਬਾਅਦ ਤੁਰ ਪੈਂਦੇ ਨੇ, ਇਹੋ ਸੰਸਾਰ ਆ। ਜੇ ਇਹ ਅਹਿਸਾਸ ਬੰਦੇ 'ਚ ਆ ਜਾਏ, ਮੈਂ ਥੋੜ ਚਿਰਾਂ, ਸਦਾ ਨਹੀਂ ਰਹਿਣਾ, ਕੋਈ ਨਹੀਂ ਰਿਹਾ, ਮੈਂ ਵੀ ਨਹੀਂ ਰਹਿਣਾ, ਇਹ ਸਾਰੇ ਨੂੰ ਅੰਦਰ ਮਾਣਦਿਆਂ ਹੋਇਆਂ ਜੀਵਨ ਨੂੰ ਸਹੀ ਆਸ਼ੇ ਵਿੱਚ ਜੀਏ, ਇਹ ਮੁੱਖ ਰੂਪ ਵਿੱਚ ਭਾਵ ਇਸ ਅਰਦਾਸ ਦੇ ਪਿੱਛੇ ਪਿਆ ਹੈ। ਤੇ ਜਿਹਨਾਂ ਨੂੰ ਇਹਦੀ ਸਮਝ ਆ ਗਈ, ਮੈਂ ਸ਼ਹੀਦਾਂ ਦੀ ਬਾਤ ਕੀਤੀ, ਬਿਲਕੁਲ ਅਸੀਂ ਸ਼ਹਾਦਤ ਦੇ ਦਿਹਾੜਿਆਂ ਦੇ ਬਿਲਕੁਲ ਕਰੀਬ ਬੈਠੇ ਹਾਂ, ਜੇ ਉਹਨਾਂ ਨੂੰ ਨਮਨ ਨਾ ਕਰੀਏ ਤੇ ਮੈਂ ਸਮਝਦਾ ਹਾਂ ਇਹ ਬਾਤ ਵਾਜਬ ਨਹੀਂ ਜਾਪਦੀ। ਇਹਦੇ ਚਿੰਝ ਵਿੱਚ ਕਹਿ ਲੈਣਾ, ਜਿਵੇਂ ਕਥਾ ਗੁਰੂ ਸੁਤਨ ਕੀ ਜਾਂ ਕੁਝ ਹੋਰ ਇਹੋ ਜਿਹਾ ਲਿਟਰੇਚਰ, ਉਹਦੀ ਅਸੀਂ ਜਿਹੜਾ ਤਰਤੀਬ ਵਿੱਚ ਜਾਂਦੇ ਹਾਂ ਤੇ ਉਹਦੇ 'ਚ ਪਤਾ ਲੱਗਦਾ ਹੈ ਕਿ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ, ਨਿੱਕੀਆਂ ਜਿੰਦਾਂ, ਵੱਡੇ ਸਾਕੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਜਦੋਂ ਕਚਹਿਰੀ ਦੇ ਵਿੱਚ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਕੁਝ ਡਾਇਲੋਗਸ ਹੁੰਦੇ ਨੇ, ਗੱਲਾਂ ਬਾਤਾਂ ਹੁੰਦੀਆਂ ਨੇ, ਇਹ ਡੈਫੀਨੇਟਲੀ ਬਾਤ ਸੀਗੀ ਕਿ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਮਾਨਵਤਾ ਦੇ ਵਿੱਚ ਧਰਮ ਦੀ ਧੁਜਾ, ਧਰਮ ਦੇ ਪੁੰਜ ਬਣ ਕੇ ਆਪਣੀ ਸਰਫਰੋਸ਼ੀ ਕੀਤੀ, ਆਪਣੇ ਜਿਹੜੀ ਆ ਸਿਰ ਦੀ ਕੁਰਬਾਨੀ ਕੀਤੀ, ਪੂਰੇ ਸੰਸਾਰ ਅੱਜ ਵੀ ਉਸ ਨੂੰ ਐਜ਼ ਏ ਹਿਊਮਨ ਰਾਈਟਸ ਦੀ ਜਿਹੜੀ ਹੈਗੀ ਹੈ ਡੇ ਦੇ ਰੂਪ ਵਿੱਚ ਮਨਾਉਣ ਦੀ ਬਾਤ ਕਰ ਰਿਹਾ ਹੈਗਾ। ਇਹਦੇ ਬਾਬਤ ਉਹਨਾਂ ਦੇ ਹੁਣ ਪੋਤਰੇ ਨੇ ਅੱਗੋਂ ਸੋਚਿਆ ਕਿਸੇ ਦੀ ਧਰਮ ਦੀ ਰੱਖਿਆ ਵਾਸਤੇ ਦਾਦਾ ਕੁਰਬਾਨੀ ਕਰ ਰਿਹਾ ਹੈ, ਜੇ ਪੋਤਿਆਂ ਤੋਂ ਹੀ ਉਹਨਾਂ ਦਾ ਧਰਮ ਛਡਾ ਦਈਏ ਤੇ ਕਿੱਡੀ ਵੱਡੀ ਗੱਲ ਹੋਏਗੀ। ਅਲਟੀਮੇਟਲੀ ਜਿੱਤ ਹਾਰ 'ਚ ਕਿਵੇਂ ਤਬਦੀਲ ਹੁੰਦੀ ਹੈ ਆਹ ਰੂਪ ਆ। ਕੁਝ ਲੋਕ ਕਈ ਵਾਰੀ ਕੁਝ ਬੈਟਲ ਜਿੱਤ ਜਾਂਦੇ ਨੇ ਪਰ ਪੂਰੀ ਵਾਰ ਹਾਰ ਜਾਂਦੇ ਨੇ। ਇੱਥੇ ਜਿਹੜੀ ਆਹ ਬਾਤ ਆ ਰਹੀ ਹੈ ਇਸ ਰੂਪ ਦੇ ਵਿੱਚ ਆ, ਵਜ਼ੀਰ ਖਾਨ ਦੇ ਪ੍ਰਤੀ ਬਿਲਕੁਲ ਜਿਹੜਾ ਹੈਗਾ ਉਹ ਵਾਕਿਫ ਆ, ਉਹ ਸਹੀ ਰੂਪ ਵਿੱਚ ਕਿਹਾ ਜਾਏ ਤੇ ਸਿਆਸਤਦਾਨ ਨੇ, ਸਿਆਸਤਾਂ ਆਉਂਦੀਆਂ ਨੇ ਉਹਨਾਂ ਨੂੰ, ਉਹਨਾਂ ਨੂੰ ਅਹਿਸਾਸ ਇਸ ਗੱਲ ਦਾ। ਆਖਿਰਕਾਰ ਜਦੋਂ ਸਾਰੀ ਬਾਤ ਹੁੰਦੀ ਹੈ ਉਹਦੇ 'ਚ ਕਥਾ ਗੁਰੂ ਸੁਤਨ ਕੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਕੁਝ ਨਜ਼ਮਕਾਰ ਆਏ, ਜਿਵੇਂ ਅਸੀਂ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੂੰ ਯਾਦ ਕਰਦੇ ਹਾਂ, ਉਹਦੇ ਸਾਰੇ 'ਚ ਅਸੀਂ ਪੜ੍ਹ ਕੇ ਵੇਖੀਏ ਤੇ ਜਿਹੜੀ ਵਜ਼ੀਰ ਖਾਂ ਨੇ ਬਾਤ ਕਹੀ ਜਦੋਂ ਸਾਹਿਬਜ਼ਾਦਿਆਂ ਨੇ ਬਿਲਕੁਲ ਉਹਦੀ ਹਰ ਗੱਲ ਨੂੰ ਜਿਹੜਾ ਹੈ ਇਨਕਾਰ ਕਰ ਦਿੱਤਾ, ਵਜ਼ੀਰ ਖਾਂ ਖਫਾ ਬੜਾ ਹੋਇਆ। ਖਫਾ ਹੋਏ ਦੇ ਕੁਝ ਬਚਨ ਆਏ, ਉਹ ਕਹਿਣ ਲੱਗਾ ਬੱਚਿਓ ਬੜੇ ਹੱਠ ਵੇਖੇ ਨੇ, ਸੁਣਿਆ ਰਾਜ ਹੱਠ ਬਾਰੇ, ਸੁਣਿਆ ਤ੍ਰਿਆ ਹੱਠ ਬਾਰੇ, ਇਹ ਪੁਰਾਣੇ ਲਿਟਰੇਚਰ ਦੀ ਬਾਤ ਹੈ, ਗੁਰਮਤ ਦਾ ਆਸ਼ਾ ਨਹੀਂ ਹੈਗਾ। ਸੁਣਿਆ ਬਾਲ ਹੱਠ ਬਾਰੇ, ਕਹਿੰਦੇ ਨੇ ਬਾਲ ਹੱਠ ਬੜਾ ਡਾਢਾ ਹੁੰਦਾ ਹੈਗਾ, ਵਾਕਿਆ 'ਚ ਹੀ ਵੇਖ ਲਿਆ, ਕਮਾਲ ਹੈ, ਅਸੀਂ ਇੰਨਾ ਜ਼ੋਰ ਲਾਇਆ ਤੁਸੀਂ ਗੱਲ ਹੀ ਨਹੀਂ ਸੁਣ ਰਹੇ, ਸਾਡੀ ਬਾਤ ਦੇ ਉੱਤੇ ਤੁਸੀਂ ਜਿਹੜਾ ਹੈਗਾ ਆ ਹੀ ਨਹੀਂ ਰਹੇ। ਤੇ ਕਹਿੰਦੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਸੀਗਾ, ਕਹਿਣ ਲੱਗੇ ਵਜ਼ੀਰ ਖਾਂ ਆਪਣੇ ਲਫ਼ਜ਼ ਵਾਪਸ ਲੈ, ਇਹ ਬਾਲ ਹੱਟ ਨਹੀਂ, ਇਹ ਅਸੂਲ ਦੀ ਗੱਲ ਹੈ।
ਬਾਲ ਹੱਟ ਹੁੰਦਾ ਹੈ ਕਿਸੇ ਇੱਕ ਚੀਜ਼ ਨੂੰ ਬਿਨਾਂ ਸੋਚੇ ਸਮਝੇ ਹਠੀ ਹੋ ਜਾਣਾ। ਇਹ ਸਾਨੂੰ ਬਿਲਕੁਲ ਸਾਕਸ਼ਾਤ ਜੋ ਅਸੀਂ ਕਰ ਰਹੇ ਹਾਂ, ਉਹ ਕਹਿੰਦੇ ਕਰ ਕੀ ਰਹੇ ਹੋ, ਆਖਿਰਕਾਰ ਹੋ ਕੀ ਰਿਹਾ। ਮੇਰੇ ਇੱਕ ਹੁਕਮ ਤੋਂ ਪਹਿਲਾਂ ਤੁਹਾਡੇ ਦੋਵਾਂ ਦੀ ਜਾਨ ਜਿਹੜੀ ਹੈ ਉਹ ਬਿਲਕੁਲ ਜਮਾ ਹੱਕ ਕਰ ਦਿੱਤੀ ਜਾਏਗੀ, ਉਹਨੂੰ ਜਿਹੜਾ ਹੈ ਕੱਢ ਦਿੱਤਾ ਜਾਏਗਾ, ਤੁਹਾਨੂੰ ਕਤਲ ਕਰ ਦਿੱਤਾ ਜਾਏਗਾ, ਜਿਹਨੂੰ ਅਸੀਂ ਸ਼ਹਾਦਤ ਕਹਿ ਰਹੇ ਹਾਂ। ਇਹਦੇ 'ਚ ਕਿਹੜੀ ਬਾਤ ਹੈ, ਕੀ ਪ੍ਰਾਪਤੀ ਹੈ ਤੁਹਾਡੀ? ਤੁਹਾਨੂੰ ਪਤਾ ਹੈ ਤੁਹਾਡੀ ਜ਼ਿੰਦਗੀ ਦਾ ਇੱਕ ਮੁੱਲ ਵੀ ਨਹੀਂ ਪੈਣਾ ਅਸਰੂਪ ਦੇ ਵਿੱਚ। ਜਦੋਂ ਇਹ ਬਾਤ ਕਹੀ ਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਸੀਗਾ, ਗੱਲ ਇਹ ਹੈ ਵਜ਼ੀਰ ਖਾਂ, ਅਸੀਂ ਜ਼ਿੰਦਗੀ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਜ਼ਿੰਦਗੀ ਨੂੰ ਬੜਾ ਪਿਆਰ ਕਰਦੇ ਹਾਂ। ਕਹਿੰਦਾ ਜਾਪਦਾ ਹੀ ਨਹੀਂ, ਜੇ ਪਿਆਰ ਕਰੋ ਤੇ ਫਿਰ ਆਹ ਕੰਮ ਕਰੋ ਜਿਹੜਾ ਹੁਣ ਕਰ ਰਹੇ ਹੋ, ਫਿਰ ਤੇ ਮੇਰੀ ਗੱਲ ਮੰਨੋ, ਫਿਰ ਤੇ ਜਿਉਂਦੇ ਰਹਿਣ ਦਾ ਰਾਹ ਦੱਸ ਰਿਹਾ ਮੈਂ। ਉਹ ਕਹਿਣ ਲੱਗੇ, ਸੱਚ ਇਹ ਹੈ ਤੇਰੀ ਛੋਟ ਬਹੁਤ, ਤੇਰੀ ਸੋਚ ਬੜੀ ਛੋਟੀ ਹੈ, ਤੇਰੀ ਨਿਗਾਹ ਬੜੀ ਛੋਟੀ ਹੈ, ਤੂੰ ਦੂਰ ਦ੍ਰਿਸ਼ਟਾ ਨਹੀਂ, ਤੂੰ ਦੂਰ ਤੱਕ ਨਹੀਂ ਵੇਖਦਾ, ਜਿਹਨੂੰ ਅਸੀਂ ਵਿਜ਼ਨਰੀ ਹੋਣਾ ਕਹਿੰਦੇ ਹਾਂ। ਕਿਉਂ? ਹਕੀਕਤ ਹੈ ਅਸੀਂ ਜ਼ਿੰਦਗੀ ਨੂੰ ਬੜਾ ਪਿਆਰ ਕਰਦੇ ਹਾਂ, ਪਰ ਜ਼ਿੰਦਗੀ ਸਿਰਫ ਇਸ ਕਲਬੂਤ ਦਾ ਨਾਂ ਨਹੀਂ ਗਾ, ਜ਼ਿੰਦਗੀ ਸਮੁੱਚੀ ਜ਼ਿੰਦਗੀ ਦਾ ਨਾਂ ਹੈ, ਜਿਹੜੀ ਸਮੁੱਚੀ ਮਾਨਵਤਾ ਦੀ ਜ਼ਿੰਦਗੀ ਹੈ। ਜੇ ਅਸੀਂ ਬਾਣੀ ਨੂੰ ਬਚਨ ਪੜ੍ਹਦੇ ਹਾਂ ਨਾ, ਸਭ ਕੋ ਮੀਤ ਮਾਮਤ ਆਪਨ ਕੀਨਾ, ਹਮ ਸਭ ਨਾ ਕੇ ਸਾਜਨ, ਇਹਦੇ ਮਾਇਨੇ ਕੀ ਨੇ? ਮਾਇਨੇ ਇਹੋ ਹੀ ਨੇ, ਜੋ ਕੁਝ ਜੀਵਨ ਦੇ ਵਿੱਚ ਰੁਮਕ ਰਿਹਾ ਹੈ ਇਹ ਸਾਰੀ ਕਰਤਾਰ ਦੀ ਲੋਹ ਹੈ, ਇਹਨੂੰ ਸਾਰੇ ਨੂੰ ਇਸ ਰੂਪ ਵਿੱਚ ਮਾਨਣਾ, ਇਹਤਰਾਮਣਾ, ਇਹ ਅਹਿਸਾਸ ਜੇ ਜੀਵਨ ਵਿੱਚ ਆ ਜਾਏ। ਉਹ ਕਹਿੰਦੇ ਹਕੀਕਤ ਰੂਪ ਵਿੱਚ ਜਿਹੜੇ ਵਜ਼ੀਰ ਖਾਨ ਲਫ਼ਜ਼ ਕੇ ਮੈਂ ਮੁਕਾਮੀ ਰੂਪ ਵਿੱਚ ਮੁਕਾਉਂਦਿਆਂ ਹੋਇਆਂ ਬਾਤ ਕਹਾਂ, ਉਹ 'ਚ ਗੱਲ ਇਹ ਹੋਈ, ਉਹ ਕਹਿਣ ਲੱਗਾ ਜਾਂ ਤੁਹਾਡੀ ਕੱਢ ਲੈਣੀ ਹੈ, ਤੁਹਾਡੇ ਪੱਲੇ ਤੇ ਕੁਝ ਵੀ ਨਹੀਂ ਪੈਣਾ। ਤੇ ਉਹਨਾਂ ਨੇ ਬਾਤ ਕਹੀ, ਕਹਿਣ ਲੱਗੇ ਨਹੀਂ, ਹਮ ਜਾਂ ਦੇਖ ਕੇ ਆਪਣੀ ਜਾਂ ਔਰੋਂ ਕੀ ਬਚਾ ਚੱਲੇ। ਸੱਚਾਈ ਇਹ ਹੈ ਵਜ਼ੀਰ ਖਾਂ, ਤੇਰੇ ਵਰਗੇ ਹਾਕਮ ਹੁਕਮਰਾਨ ਇੱਥੇ ਬੈਠੇ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ, ਲਗਾਤਾਰ ਲੈ ਰਹੇ ਨੇ, ਸਦੀਆਂ ਤੋਂ ਲੈ ਰਹੇ ਨੇ, ਮੁਸਲਸਲ ਇਸ ਕਿਸਮ ਦੇ ਨਾਲ ਇੱਥੇ ਗੁਨਾਹਗਰੀਅਤ ਹੋ ਰਹੀ ਹੈ। ਪਰ ਹੁਣ ਅਸੀਂ ਆਪਣੀ ਜਾਨ ਦੇਣ ਲੱਗੇ ਹਾਂ। ਤੇ ਕਹਿਣ ਲੱਗਾ ਉਹਦੇ 'ਚ ਕਿਹੜਾ ਫਰਕ ਪੈਂਦਾ, ਅੱਗੇ ਵੀ ਬੰਦੇ ਰੋਜ਼ ਕਤਲ ਹੁੰਦੇ ਨੇ। ਕਹਿੰਦੇ ਬਿਲਕੁਲ, ਪਰ ਹੁਣ ਫਰਕ ਪਏਗਾ, ਹੁਣ ਸਾਡੀ ਜਾਨ ਜ਼ਰੂਰ ਜਾਏਗੀ ਪਰ ਵੱਡੇ ਪੱਧਰ ਤੇ ਜ਼ਿੰਦਗੀ ਬਚੇਗੀ। ਉਹ ਹੱਸਿਆ ਜ਼ੋਰ ਲਾ ਕੇ, ਅੱਛਾ ਇਹਦਾ ਮਤਲਬ ਫਿਰ ਮੈਂ ਇੱਥੇ ਕਚਹਿਰੀਆਂ ਨਹੀਂ ਲਾਵਾਂਗਾ। ਉਹ ਕਹਿਣ ਲੱਗੇ ਮਿਟ ਜਾਏਗਾ, ਸਭ ਖਤਮ ਹੋ ਜਾਏਗਾ। ਤੇ ਤਵਾਰੀ ਗਵਾਹ ਹੈ ਇਸ ਗੱਲ ਦੀ, ਜਦੋਂ ਅਸੀਂ ਇਸ ਰੂਪ ਦਾ ਸਾਰੇ ਦਾ ਸਾਰਾ ਰੰਗ ਵੇਖਦੇ ਹਾਂ, ਉਹ ਯੁੱਗ ਪੁਰਸ਼ ਸੀਗੇ। ਅਸੀਂ ਵੇਖਦੇ ਹਾਂ 1704 ਤੇ 1710 ਕਿੱਡਾ ਵੱਡਾ ਚੀਜ਼ ਆ ਜਾਂਦਾ ਪੂਰੇ ਦਾ ਪੂਰਾ। ਸੋ ਬਾਤ ਇਹ, ਜਿਨ੍ਹਾਂ ਨੂੰ ਜ਼ਿੰਦਗੀ ਦੀ ਸਹੀ ਸਮਝ ਆ ਗਈ ਉਹ ਸਿਰਫ ਇੱਕ ਛੋਟੇ ਜਿਹੇ ਕਲਬੂਤ ਦੇ ਮੋਹ ਵਿੱਚ ਆ ਕੇ ਆਪਣੇ ਅਸੂਲ ਨੂੰ, ਆਪਣੇ ਸਿਧਾਂਤ ਨੂੰ, ਜਾਂ ਸਭ ਤੋਂ ਵੱਡੀ ਗੱਲ ਕਿਸੇ ਕਿਸਮ ਦੇ ਪਾਪ ਗੁਨਾਹ ਵਾਲੇ ਪਾਸੇ ਨਹੀਂ ਤੁਰਦੇ, ਸਹੀ ਤਰੀਕੇ ਨਾਲ ਆਪਣੇ ਜੀਵਨ ਨੂੰ ਸੁਚੱਜੇ ਪਾਸੇ ਲਾਉਂਦੇ ਨੇ। ਬਾਕੀ ਬਾਤ ਰਹੀ ਤੱਤਾਂ ਦੇ, ਤੱਤਾਂ ਵਿੱਚ ਵਿਲੇ ਹੋਣ ਦੀ, ਉਹਨੂੰ ਉਹ ਕਰਤਾਰ ਦਾ ਹੁਕਮ ਮੰਨ ਲੈਂਦੇ ਨੇ। ਉਹ ਅਹਿਸਾਸਦੇ ਨੇ ਅੱਜ ਨਹੀਂ ਤੇ ਕੱਲ ਅਲਟੀਮੇਟਲੀ ਇਸ ਕਲਬੂਤ ਨੇ ਉਹਨਾਂ ਤੱਤਾਂ 'ਚ ਜਾ ਕੇ ਵਿਲੇ ਹੋ ਜਾਣਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਕਿਸਮ ਦੀਆਂ ਅਰਦਾਸਾਂ, ਇਸ ਕਿਸਮ ਦੀਆਂ ਬੇਨਤੀਆਂ ਦੇ ਨਾਲ ਇਹ ਬਚਨ ਪ੍ਰਾਰੰਭ ਕਰ ਰਹੇ ਨੇ, ਜਿਹਦੇ 'ਚ ਅਹਿਸਾਸ ਦਿੱਤਾ ਗਿਆ ਵੀ ਹੇ ਹਰੀ, ਮੇਰੇ 'ਚ ਇੰਨੀ ਸਮਰੱਥਾ ਨਹੀਂ ਕਿ ਮੈਂ ਇਸ ਕਿਸਮ ਦਾ ਜੀਵਨ ਕਰਮ ਕਰ ਸਕਾਂ, ਮੈਂ ਇਸ ਕਿਸਮ ਦੇ ਜੀਵਨ ਯਾਪਨ ਨੂੰ ਧਾਰਨ ਕਰ ਸਕਾਂ, ਤੂੰ ਬਖਸ਼ਿਸ਼ ਕਰ। ਤੇ ਮੈਂ ਛੋਟਾ ਜਿਹਾ ਇਹ 'ਚ ਰੰਗ ਇਹ ਵੀ ਜਿਹੜਾ ਐਡ ਆਨ ਕਰਦੇ ਹਾਂ ਕਿ ਜੇ ਗੁਰੂ ਤੇਗ ਬਹਾਦਰ ਸਰੀਖੀ ਰੂਹ ਉਸ ਕਰਤਾਰ ਦੇ ਅੱਗੇ ਅਰਦਾਸ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਹਰਜੂ ਰਾਖ ਲਿਹੋ ਪਤ ਮੇਰੀ, ਤੂੰ ਮੇਰੀ ਇਸ ਮਨੁੱਖਾ ਜਾਮੇ ਵਿੱਚ ਆਉਣ ਦੀ ਇੱਜ਼ਤ ਰੱਖਦੇ ਦਾਤਾ, ਜਮਕੋ ਤ੍ਰਾਸ ਭਇਓ ਉਰ ਅੰਤਰ, ਮੇਰੇ ਅੰਦਰ ਮਰਨ ਦਾ ਭੈ ਪਿਆ ਹੈ। ਮੈਂ ਸਮਝਦਾ ਜਿਹੜੇ ਆਪ ਆਪਣੇ ਸੀਸ ਨੂੰ ਤਲੀ ਤੇ ਟਕਾ ਕੇ ਜ਼ਾਲਮਾਂ ਦੇ ਸਾਹਮਣੇ ਜਾ ਕੇ ਖੜੇ ਹੋ ਕੇ ਹੱਕ ਸੱਚ ਲਈ ਜਿਹੜਾ ਹੈਗਾ ਸ਼ਹੀਦ ਹੋ ਗਏ, ਉਹਨਾਂ ਨੂੰ ਤੇ ਕੋਈ ਉਰ ਵਿੱਚ ਡਰ ਨਹੀਂ ਹੋਏਗਾ ਮੌਤ ਦਾ।
ਉਹਨਾਂ ਨੂੰ ਤਾਂ ਕੋਈ ਡਰ ਨਹੀਂ ਹੋਏਗਾ ਆਪਣੇ ਹਿਰਦੇ ਦੇ ਵਿੱਚ, ਜਿਵੇਂ ਤੁਸੀਂ ਕਈ ਵਾਰ ਨਜ਼ਮਾਂ ਦੇ ਵਿੱਚ ਚੀਜ਼ਾਂ ਦੇਖਦੇ ਹੋ। ਤੇ ਕਿਹਾ ਜਾਂਦਾ ਹੈ, ਦਰਦੀ ਜੀ ਦੀ ਕਹੀ ਹੋਈ ਨਜ਼ਮ ਕਈ ਵਾਰੀ ਪੜ੍ਹੀ ਜਾਂਦੀ ਹੈ ਕਿ ਮਤੀਦਾਸ ਨੂੰ ਆਰੇ ਨਾਲ ਚੀਰਿਆ, ਜਾਂ ਸਤੀਦਾਸ ਨੂੰ ਜਦੋਂ ਜਲਾ ਬੈਠੇ ਗਲੀ ਦਾਲ ਵੀ ਫੇਰ ਨਹੀਂ, ਦੁਸ਼ਮਣਾਂ ਦੀ ਦੇਗੇ ਵਿੱਚ ਦਿਆਲੇ ਨੂੰ ਪਾ ਬੈਠਾ, ਮਾਰਿਆ ਸਿੱਖਾਂ ਨੂੰ ਤੁਹਾਡੇ ਸਾਹਮਣੇ ਜ਼ਿੰਦਾ, ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ, ਕਰੋ ਦੀਨ ਕਬੂਲ ਜਾਂ ਮਰਨ ਲਈ ਤਿਆਰ ਹੋ ਜਾਓ, ਇਹ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ। ਹੱਸ ਬੋਲੇ ਗੁਰੂ ਤੇਗ ਬਹਾਦਰ, ਉਹ ਨਾ ਮੈਂ ਡਰਨ ਆਇਆ ਨਾ ਮੈਂ ਡਰਾਉਣ ਆਇਆ, ਉਹ ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਮੈਂ ਚਾਹ ਨਾਲ ਇਸ ਥਾਂ ਮਰਨ ਆਇਆ, ਮੈਨੂੰ ਕੋਈ ਕਿਸੇ ਨੇ ਕੰਪੈਲ ਥੋੜਾ ਕੀਤਾ, ਧੱਕਾ ਥੋੜਾ ਕੀਤਾ ਕਿ ਤੈਨੂੰ ਤੇਰੀ ਜਾਨ ਨੂੰ ਅਸੀਂ ਤੇਰੇ ਕਲਬੂਤ ਵਿੱਚੋਂ ਬਾਹਰ ਕੱਢਣਾ ਹੈ, ਇਹ ਤੇ ਰਾਹ ਮੈਂ ਆਪ ਚੂਜ਼ ਕੀਤਾ ਹੈ। ਐਸੇ ਗੁਰੂ ਮਹਾਰਾਜ ਜਿਨ੍ਹਾਂ ਨੇ ਆਪ ਆਪਣੇ ਰਾਹ ਨੂੰ ਚੂਜ਼ ਕੀਤਾ, ਉਹ ਕਹਿੰਦੇ ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਮੈਂ ਚਾਹ ਨਾਲ ਇਸ ਥਾਂ ਮਰਨ ਆਇਆ, ਇਹਦਾ ਰੀਜ਼ਨ ਕੀ ਹੈ ਮਹਾਰਾਜ ਚਾਹ ਨਾਲ ਕਿਉਂ ਮਰਨ ਨੂੰ ਚੂਜ਼ ਕੀਤਾ? ਉਸ ਕਰਕੇ ਉਸ ਨਜ਼ਮ ਵਿੱਚ ਅੱਗੇ ਜਿਹੜੀ ਬਾਤ ਤੁਰਦੀ ਹੈ ਕਿ ਮਰਨ ਬਾਜ ਨਹੀਂ ਉਸ ਦਾ ਬਦਲ ਮਿਲਣਾ, ਜੋ ਜੋ ਅੱਜ ਮਜ਼ਲੂਮਾਂ ਤੇ ਬੀਤੀਆਂ ਨੇ, ਉਹ ਨੌ ਦਿਨ ਤਿਆਰੀ ਲਈ ਬਹੁਤ ਹੁੰਦੇ, ਨੌ ਜਾਮੇ ਤਿਆਰੀਆਂ ਕੀਤੀਆਂ ਨੇ। ਇੱਕੋ ਸੰਦੇਸ਼ ਤੁਰਿਆ ਆਉਂਦਾ ਹੈਗਾ, ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ, ਨਾ ਭੈ ਦੇਣਾ ਨਾ ਭੈ ਲੈਣਾ, ਤੇ ਬਾਹਰੋਂ ਤੇ ਭੈ ਕੀ ਲੈਣਾ, ਆਪਣੇ ਅੰਦਰ ਵੀ ਭੈ ਨਹੀਂ ਰੱਖਣਾ। ਮੈਂ ਮਰ ਜਾਂਗਾ, ਮੇਰਾ ਜੀਵਨ ਮੁੱਕ ਜਾਏਗਾ, ਮੇਰੇ ਜੀਵਨ ਦਾ ਖਾਤਮਾ ਹੋ ਜਾਏਗਾ। ਸਾਹਿਬ ਪਾਤਸ਼ਾਹ ਕਹਿੰਦੇ ਜਮਕੋ ਤਰਾਸ ਪਇਓ ਔਰ ਅੰਤਰ, ਉਹਨਾਂ ਵਿੱਚ ਨਹੀਂ ਪਰ ਆਪਣੇ ਤੇ ਟੁਕਾ ਕੇ ਸਾਨੂੰ ਬਾਤ ਸਿਖਾਈ ਹੈ, ਤਾਂ ਕਿ ਅਸੀਂ ਅਰਜੋਈ ਕਰ ਸਕੀਏ, ਅਸੀਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰ ਸਕੀਏ। ਤੇ ਇਹਨੂੰ ਇਸ ਢੰਗ ਨਾਲ ਵੀ ਦੇਖਣਾ, ਮੌਤ ਸਿਰਫ ਇੱਕ ਪਾਸੇ ਦੀ ਨਹੀਂ ਹੁੰਦੀ, ਬੰਦੇ ਨੂੰ ਬਹੁਤ ਸਾਰੀਆਂ ਮੌਤ ਸਤਾਉਂਦੀਆਂ ਨੇ, ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹੈਗੇ ਹਾਂ ਸੁਸਾਈਡਲ ਲੈਵਲ 'ਤੇ ਅਟੈਂਪਟ ਕਿਵੇਂ ਹੋ ਰਹੇ ਨੇ। ਇੱਥੇ ਮੈਂ ਬੇਨਤੀ ਕਰਾਂਗਾ, ਜਿਹੜੇ ਬੰਦੇ ਨੂੰ ਲੱਗੇ ਮੇਰੀ ਤੇ ਫਾਈਨੈਂਸ਼ੀਅਲ ਡੈਥ ਹੋ ਗਈ ਜੀ, ਮੇਰੀ ਤੇ ਸੋਸ਼ਲ ਸਟੇਟਸ ਦੀ ਡੈਥ ਹੋ ਗਈ ਜੀ, ਇਸ ਕਰਕੇ ਮੈਂ ਕਲਬੂਤ ਨੂੰ ਮਿਟਾ ਦਿਆਂ, ਸਿੱਖੀ ਨੇ ਇਹ ਵੀ ਨਹੀਂ ਕਿਹਾ। ਸਿੱਖੀ ਨੇ ਕਿਹਾ ਬੰਦੇ ਦਾ ਕਰਮ ਜੂਝਣਾ ਹੈ। ਤੁਸੀਂ ਕਈ ਵਾਰੀ ਬਚਨ ਪੜ੍ਹਦੇ ਹੋ ਸ਼ਹਾਦਤਾਂ ਦੇ, ਖਾਸ ਕਰਕੇ ਰੰਗ ਨੂੰ ਬਿਆਨ ਕਰਨ ਵਾਸਤੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛਾਡੇ ਖੇਤ। ਖੇਤ ਦਾ ਮਤਲਬ ਬੈਟਲ ਆ, ਤੇ ਪੂਰੇ ਦਾ ਪੂਰਾ ਸੰਸਾਰ ਇੱਕ ਬੈਟਲ ਸੰਘਰਸ਼ ਹੈ, ਹਰ ਥਾਂ ਦੇ ਉੱਤੇ ਕਿਸੇ ਨੂੰ ਕਿਸੇ ਕਿਸਮ ਦੀ ਸਟਰਗਲ ਹੈ, ਕਿਸੇ ਨੂੰ ਕਿਸੇ ਕਿਸਮ ਦੀ ਸਟਰਗਲ ਆ, ਹਰ ਸਟਰਗਲ ਦੇ ਵਿੱਚੋਂ ਬੰਦਾ ਸੁਰਖਰੂ ਹੋ ਕੇ ਬਾਹਰ ਨਿਕਲੇ, ਆਪਣੇ ਹੌਸਲੇ ਨੂੰ ਨਾ ਹਾਰੇ। ਮਹਾਰਾਜ ਦੇ ਇਹ ਪਾਵਨ ਬਚਨ ਸਾਨੂੰ ਸਿਖਾ ਰਹੇ ਨੇ, ਤੈਨੂੰ ਬਹੁਤ ਜ਼ਿਆਦਾ ਮੌਤ ਦਾ ਭੈ ਆਵੇ, ਉਹ ਮੌਤ ਹੋਵੇ ਆਰਥਿਕ, ਉਹ ਮੌਤ ਹੋਵੇ ਸਮਾਜਿਕ, ਉਹ ਮੌਤ ਹੋਵੇ ਸਰੀਰਕ, ਹਰ ਮੌਤ ਵਾਸਤੇ ਤੇਰੇ ਕੋਲ ਇੱਕ ਜ਼ਰੀਆ ਹੈ। ਰੱਬ ਜੀ ਅੱਗੇ ਅਰਦਾਸ ਕਰ, ਹੇ ਕਰਤਾਰ ਇਹ ਜੋ ਵਾਪਰਨਾ ਜੋ ਹੋਣਾ ਉਹ ਤੇ ਹੋਏ, ਪਰ ਇਹਦਾ ਤਰਾਸ ਨਾ ਹੋਏ, ਇਹਦੇ ਭੈ ਵਿੱਚ ਨਾ ਜੀਆਂ, ਬਲਕਿ ਸੰਸਾਰ ਤੋਂ ਸੁਰਖਰੂ ਹੋ ਕੇ ਜੀਵਾਂ। ਸੋ ਬਚਨ ਜਮਕੋ ਤਰਾਸ ਭਇਓ ਔਰ ਅੰਤਰ, ਹੇ ਰੱਬ ਜੀ ਜਿਹੜੀ ਇਹ ਮੇਰੇ ਅੰਦਰ ਚੀਜ਼ ਆ ਰਹੀ ਹੈ ਇਹਦੇ ਤੋਂ ਮੈਨੂੰ ਬਖਸ਼ਿਸ਼ ਕਰਕੇ ਬਚਾ, ਸ਼ਰਨ ਗਹੀ ਕਿਰਪਾ ਨਿਤ ਤੇਰੀ, ਇਸੇ ਕਰਕੇ ਹੇ ਕਿਰਪਾ ਕਰਨ ਵਾਲੇ ਅਕਾਲ ਪੁਰਖ ਜੀ ਮੈਂ ਤੇਰੀ ਸ਼ਰਨ ਲੈ ਰਿਹਾ ਹਾਂ, ਇਹ ਰਹਾਉ ਦਾ ਪਤਾ ਹੈ ਜੀ। ਰਹਾਉ ਮਹਾਪਤਤ ਮੁਗਦ ਲੋਭੀ ਫੋਨ, ਕਰਤ ਪਾਪ ਅਬ ਹਾਰਾ। ਆਪਣੇ ਆਪੇ ਨੂੰ ਬਿਆਨ ਕੀਤਾ ਹੈ, ਮਹਾਪਤਿਤ ਮੁਗਦ ਲੋਭੀ ਫੁਨ। ਮੈਂ ਫਿਰ ਬੇਨਤੀ ਕਰਾਂਗਾ, ਇਹ ਰੂਹਾਂ ਪੂਜਣ ਵਾਲੀਆਂ ਨੇ, ਇਹਨਾਂ ਦੇ ਚਰਨਾਂ ਤੇ ਕੋਟਾਨ ਕੋਟ ਨਮਨ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡਾ ਨਾਮ ਜ਼ਬਾਨ ਤੇ ਆਵੇ ਤੇ ਬੰਦੇ ਦਾ ਪੂਰਾ ਜੀਵਨ ਪਵਿੱਤਰ ਹੋ ਜਾਏ,
ਤੇ ਤੁਸੀਂ ਕਹਿ ਰਹੇ ਹੋ ਮਹਾਪਤਿਤ ਮੁਗਧ ਲੋਭੀ ਫੁਨ ਆਪਣੇ ਆਪੇ ਤੇ ਟੁਕਾ ਕੇ ਤਾਂ ਕਿ ਸਾਨੂੰ ਕਨਫੈਸ਼ਨ ਕਰਨਾ ਆ ਜਾਏ। ਬੰਦੇ ਦੀ ਹਾਲਤ ਇਹ ਹੈ, ਮਿੱਟੀ ਦਾ ਪੁਤਲਾ ਹੈ, ਕੱਖਾਂ ਦੇ ਨਾਲ ਭਰਿਆ ਹੋਇਆ, ਮੈਲ ਨਾਲ ਭਰਿਆ ਹੋਇਆ ਤੇ ਹੰਕਾਰ ਦੀ ਟੀਸੀ ਤੇ ਬੈਠਾ ਹੈ। ਅੰਦਰ ਪੈ ਪੀਤ ਹੈ, ਮਾੜੀ ਜੀ ਕਿਤੇ ਆਲੇ ਦੁਆਲੇ ਸਦਮਾ ਵਾਪਰਦਾ, ਡਰ ਦੇ ਨਾਲ ਕੰਬ ਜਾਂਦਾ ਤੇ ਲੋਕਾਂ ਨੂੰ ਵਿਖਾਉਂਦਾ ਪਤਾ ਨਹੀਂ ਮੈਂ ਕਿੱਡੀ ਵੱਡੀ ਬਲਾ ਹਾਂ। ਮਹਾਰਾਜ ਕਹਿੰਦੇ ਅਰਦਾਸ ਕਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਜਿਹੜੀਆਂ ਤੇਰੀਆਂ ਪਾਪ ਬਿਰਤੀਆਂ ਨੇ, ਜਿਨ੍ਹਾਂ ਦੇ ਸਦਕਾ ਪੈ ਪੀਤ ਹੁੰਦਾ ਹੈ, ਉਹਨਾਂ ਸਾਰਿਆਂ ਨੂੰ ਕਰਤਾਰ ਕੱਟ ਦੇ। ਕਿਆ ਮਹਾਪਤਿਤ ਆਪਣੇ ਲੈਵਲ ਤੋਂ ਡਿੱਗਾ ਹੋਇਆ, ਐਕਸਟ੍ਰੀਮ ਲੈਵਲ ਤੇ ਮੈਂ ਪੂਰੀ ਤਰ੍ਹਾਂ ਫਿਲਥ ਨਾਲ ਭਰਿਆ ਹੋਇਆ ਹੈਗਾ। ਮੁਗਧ ਲੋਭੀ, ਮੁਗਧ ਕਹਿੰਦੇ ਨੇ ਮੂਰਖ ਨੂੰ, ਕਰਤਾਰ ਨੇ ਦਿੱਤੀ ਅਕਲ ਇਸਤੇਮਾਲ ਹੀ ਨਹੀਂ ਕੀਤਾ ਉਹਦਾ। ਜਿਹੜਾ ਰੱਬ ਜੀ ਆਪਾਂ ਮੱਥਾ ਟੇਕਦੇ ਹਾਂ ਨਾ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ, ਇਹਦਾ ਅਹਿਸਾਸ ਕੀ ਹੈ? ਮੱਥਾ ਸਲੇਟ ਹੈ ਅਸਲ ਦੇ ਵਿੱਚ, ਅਗਲੇ ਪਾਸੇ ਪਿਛਲੇ ਪਾਸੇ ਕਰਤਾਰ ਨੇ ਮੱਤ ਪਾਈ ਹੈ। ਕੋਈ 900 ਗ੍ਰਾਮ ਜਾਂ 1 ਕਿਲੋ ਦੇ ਨੇੜੇ ਦੁੱਧ ਦੇ ਰੰਗ ਦਾ ਇਹੋ ਜਿਹਾ ਇੱਕ ਪਦਾਰਥ ਆ ਜਿਹਦੇ 'ਚ ਸਾਰੀਆਂ ਨਰਵਜ਼ ਨੇ ਵਾਇਰਿੰਗ ਹੋਈ ਹੈ, ਜਿਹਦੇ ਵਿੱਚ ਸਾਡੀ ਅਕਲ ਚੱਲਦੀ ਹੈ। ਜੇ ਬੰਦੇ ਨੂੰ ਅਕਲ ਹੋਏ, ਤੌਫੀਕੀਅਤ ਹੋਏ, ਜ਼ਿੰਦਗੀ ਦਾ ਹਰ ਫੈਸਲਾ ਚੰਗਾ ਕਰ ਸਕਦਾ, ਜ਼ਿੰਦਗੀ ਸਹੀ ਢੰਗ ਨਾਲ ਜੀ ਸਕਦਾ, ਵਿਦਾ ਵੀ ਸਹੀ ਹੋ ਸਕਦਾ ਜ਼ਿੰਦਗੀ ਦੇ ਵਿੱਚੋਂ। ਪਰ ਮੁਸ਼ਕਲ ਇਹ ਹੈ ਜੇ ਉਹ ਕੰਮ ਹੀ ਨਾ ਕਰੇ। ਇਸੇ ਕਰਕੇ ਕਿਹਾ ਗਿਆ, ਹੋ ਸਕਦਾ ਤੇਰੇ ਤੋਂ ਇਹ ਚੀਜ਼ ਪ੍ਰਿਜ਼ਰਵ ਨਾ ਹੋ ਸਕੇ, ਗੁਰੂ ਦੀ ਚਰਨ ਸ਼ਰਨ ਆਇਆ ਕਰ, ਇੱਥੇ ਆ ਕੇ ਰੱਖਿਆ ਕਰ ਤੇ ਕਿਹਾ ਕਰ ਗੁਰੂ ਇਹਨੂੰ ਤੌਫੀਕੀਅਤ ਦੇ, ਕਿਉਂਕਿ ਮੇਰੇ ਕੋਲ ਮਤ ਨਹੀਂ। ਅਸੀਂ ਲਿਟਰਲੀ ਵਾਕ ਪੜ੍ਹਦੇ ਹਾਂ ਬਾਣੀ ਦੇ ਵਿੱਚੋਂ, ਤੂੰ ਸਮਰੱਥ ਵਡਾ ਮੇਰੀ ਮਤ ਥੋੜੀ ਰਾਮ। ਗੁਰੂ ਤੇਗ ਬਹਾਦਰ ਸਾਹਿਬ ਸਿਖਾ ਰਹੇ, ਕਹਿੰਦੇ ਮਹਾਪਤਿਤ ਮੁਗਧ ਲੋਭੀ ਸਵਾਰਥੀ ਹਵਸਗੀਰ, ਸੈਲਫਿਸ਼ ਬੰਦਾ ਜਿਹੜਾ, ਲਾਲਚੀ ਗ੍ਰੀਡੀ, ਉਸ ਕਿਸਮ ਦੀ ਹਾਲਤ ਵਿੱਚ ਸਾਡੀ ਜੀਣ ਵਾਲੀ ਜਿਹੜੀ ਹੈ ਉਹ ਸਾਰੀ ਜੀਵਨ ਜਾਂਚ ਬਣੀ ਪਈ। ਫੁੱਲ ਦੁਬਾਰਾ ਦੁਹਰਾਓ ਵਿੱਚ ਮੁਸਲਸਲ ਕੰਟੀਨਿਊਸਲੀ ਇਸ ਚੀਜ਼ ਨੂੰ ਅਸੀਂ ਕਰ ਰਹੇ ਹੈਗੇ ਹਾਂ। ਤੇ ਕਹਿਣ ਲੱਗੇ ਕਰਤ ਪਾਪ ਅਬਹਾਰਾ, ਤੇ ਅਲਟੀਮੇਟਲੀ ਇਹ ਵੀ ਹੈ, ਬੰਦਾ ਵਕਾਰ ਘੋਗਦਿਆਂ ਪਾਪ ਕਰਦਿਆਂ ਇੱਕ ਦਿਨ ਉਸ ਲੈਵਲ ਤੇ ਆ ਜਾਂਦਾ ਜਿੱਥੇ ਥੱਕ ਜਾਂਦਾ ਹੈ, ਜਿੱਥੇ ਕਹਿੰਦਾ ਕਿ ਬਸ ਹੋ ਗਈ ਮੇਰੀ, ਪਾਪ ਕਰਦਿਆਂ, ਨਸ਼ੇ ਪੀਂਦਿਆਂ, ਗੁਨਾਹ ਕਰਦਿਆਂ। ਮਹਾਰਾਜ ਕਹਿੰਦੇ ਜੇ ਇਹੋ ਜਿਹਾ ਭਾਵ ਆ ਜਾਏ ਨਾ ਤੇ ਕਰਤਾਰ ਅੱਗੇ ਅਰਦਾਸ ਕਰ, ਬਖਸ਼ਣ ਵਾਲਾ ਹੀ ਉਹ ਬਖਸ਼ਿੰਦੀ, ਹਰਜੂ ਰਾਖ ਲਿਓ ਉਹਦੇ ਅੱਗੇ ਅਰਦਾਸ ਕਰ ਇਸ ਤਰੀਕੇ ਨਾਲ ਕਿ ਉਹਦਾ ਸਾਰੀਆਂ ਅਲਾਮਤਾਂ ਤੋਂ ਤੇਰਾ ਛੁਟਕਾਰਾ ਕਰ ਸਕੇ ਜੀ। ਪੈ ਮਰਬੇ ਕੋ ਬਿਸਰਤ ਨਾਹਿਨ, ਤੇਹ ਚਿੰਤਾ ਤਨ ਜਾਰਾ। ਪੈ ਮਰਬੇ ਕੋ ਬਿਸਰਤ ਨਾਹਨ, ਤੇਹ ਚਿੰਤਾ ਤਨ ਜਾਰਾ। ਸੱਚਾਈ ਇਹ ਹੈ, ਅਮਰੀਕਾ 'ਚ ਇੱਕ ਸਟੱਡੀ ਆਈ ਸੀ, ਕਈ ਵਾਰ ਕੁਝ ਲੋਕ ਮਰਨ ਦੇ ਆਰ ਪਾਰ ਹੁੰਦੇ ਨੇ, ਬਿਲਕੁਲ ਲੱਗਦਾ ਘੜੀ ਨੇ ਕਿ ਪਲ ਨੇ, ਜਾਂ ਕਈਆਂ ਨੂੰ ਮਿਲੀਅਨਸ ਦੇ ਵਿੱਚੋਂ ਦਸਾਂ ਦਸਾਂ ਲੱਖਾਂ 'ਚੋਂ ਕੋਈ ਇੱਕ ਅੱਧਾ ਕੇਸ ਹੁੰਦਾ ਹੈ, ਡੈਥ ਸਰਟੀਫਿਕੇਟ ਇਸ਼ੂ ਹੋ ਜਾਂਦਾ ਹੈ, ਦੁਬਾਰਾ ਫਿਰ ਕਈ ਵਾਰੀ ਜੀਵਨ ਦੀ ਵਾਪਸੀ ਆ ਜਾਂਦੀ ਹੈ। ਕਈ ਵਾਰ ਤੁਸੀਂ ਐਕਸੈਪਸ਼ਨਲ ਐਗਜ਼ਾਮਪਲਸ ਦੇਖਦੇ ਹੋ। ਇਹੋ ਜਿਹੇ ਲੋਕਾਂ ਨੂੰ ਇੰਟਰਵਿਊ ਕੀਤਾ ਗਿਆ, ਅਤੇ ਜਦੋਂ ਇੰਟਰਵਿਊ ਕੀਤਾ ਗਿਆ ਤਾਂ ਪਤਾ ਇਹ ਲੱਗਾ, ਉਹਨਾਂ ਲੋਕਾਂ ਨੇ ਦੱਸਿਆ 80% 20% ਤੇ ਬਹੁਤੀ ਵਾਕਫੀਅਤ ਨਹੀਂ ਦੇ ਸਕੇ। ਉਹ ਕਹਿੰਦੇ ਜਿਹੜਾ ਉਹ ਸਮਾਂ ਸੀਗਾ, ਜਿਸ ਸਮੇਂ 'ਚ ਲੱਗ ਰਿਹਾ ਸੀਗਾ ਕਿ ਬਸ ਇਸ ਤਨ ਨੇ ਹੁਣ ਹੱਲਣਾ ਨਹੀਂ, ਲੱਗ ਰਿਹਾ ਸੀ ਹੁਣ ਪ੍ਰਾਣ ਅਟੇਰ ਹੋ ਰਹੇ ਨੇ, ਜਾ ਰਹੇ ਨੇ, ਉਸ ਸਮੇਂ ਦੇ ਵਿੱਚ ਜਿਹੜੀ ਹਾਲਤ ਸੀ ਅੰਦਰ ਦੀ ਉਹ ਕੁਝ ਇਸ ਰੂਪ ਦੇ ਵਿੱਚ ਸੀਗੀ ਕਿ ਜੋ ਗੁਨਾਹ ਜੋ ਪਾਪ ਜੀਵਨ ਭਰ ਦੇ ਵਿੱਚ ਕਦੀ ਯਾਦ ਨਹੀਂ ਸੀ ਆਏ, ਅੱਜ ਉਹ ਮੂਵੀ ਬਣ ਕੇ ਸਾਹਮਣੇ ਚੱਲ ਰਹੇ ਨੇ। ਜਿਵੇਂ ਜਿਵੇਂ ਬੰਦਾ ਉਸ ਸਮੇਂ ਦੇ ਨੇੜੇ ਜਾਂਦਾ ਹੈ ਨਾ, ਹਕੀਕਤ ਇਹ ਹੈ, ਵੱਡਾ ਪੈ ਇਸੇ ਗੱਲ ਦਾ ਹੈ, ਬੀਤੇ ਦੇ ਪਛਤਾਵੇ
ਉਹ ਹਿਰਦੇ ਚ ਆ ਕੇ ਜ਼ੋਰ ਪਾ ਦਿੰਦੇ ਨੇ। ਜੋ ਹੋ ਗੁਜ਼ਰਿਆ ਤੇ ਖਾਸ ਕਰਕੇ ਮਾੜਾ ਮਟੇ ਨਹੀਂ ਸਕਦਾ ਬੰਦਾ, ਇਹ ਨਹੀਂ ਸਲੇਟ ਤੇ ਲਿਖੀ ਹੋਈ ਚੀਜ਼ ਹੈ ਤੁਸੀਂ ਹੱਥ ਲਾ ਕੇ ਇਸ ਤਰੀਕੇ ਨਾਲ ਪੂੰਝ ਦਿਓਗੇ ਉਸਨੂੰ, ਇਹ ਕਰਮ ਆ। ਕੀਤੇ ਹੋਏ ਕਰਮ ਫਿਰ ਅਲਟੀਮੇਟਲੀ ਤੰਗ ਕਰਦੇ ਨੇ ਇਸ ਰੂਪ ਦੇ ਵਿੱਚ। ਤੇ ਫਿਰ ਸਭ ਤੋਂ ਵੱਡੀ ਚੀਜ਼ ਇੱਕ ਪਾਸੇ ਉਹ ਪਿਆ ਆ ਰਿਹਾ, ਦੂਸਰੇ ਪਾਸੇ ਇਹ ਮੇਰੇ ਤੋਂ ਹੁਣ ਹੋ ਕੁਝ ਨਹੀਂ ਸਕਣਾ। ਮਹਾਰਾਜ ਜ਼ਿਕਰ ਕਰਦੇ ਭੈ ਮਰਬੇ ਕੋ, ਮੈਂ ਮਰ ਜਾਣਾ, ਮੈਂ ਮੁੱਕ ਜਾਣਾ ਹੈ, ਵਿਸਰਤ ਨਾ ਹਨ। ਇਹ ਸੁਰਤ ਵਿੱਚੋਂ ਚੀਜ਼ ਵਿਸਰਦੀ ਨਹੀਂ, ਜਾਂਦੀ ਨਹੀਂ, ਇਹ ਅਹਿਸਾਸ ਹਰ ਵਕਤ ਅੰਦਰ ਕਾਇਮ ਦਾਇਮ ਮੌਜੂਦ ਰਹਿੰਦਾ। ਤੇ ਜਿਵੇਂ ਜਿਵੇਂ ਜੀਵਨ ਦਾ ਜਿਹੜਾ ਹੈਗਾ ਸਮਾਂ ਅੱਗੇ ਵੱਧਦਾ ਹੈ, ਲਾਈਫ ਜਿਹੜੀ ਸਾਡੀ ਅਗਲੇ ਜਿਹੜਾ ਹੈਗਾ ਮਰਹਲੇ ਵੱਲ ਵੱਧ ਰਹੀ ਹੁੰਦੀ ਹੈਗੀ ਹੈ, ਇਹ ਚੀਜ਼ ਬੰਦੇ 'ਚ ਜ਼ਿਆਦਾ ਵੱਧ ਰਹੀ ਹੁੰਦੀ ਹੈ, ਉਹਦੇ 'ਚ ਜ਼ਿਆਦਾ ਇਹਦੀ ਜਿਹੜੀ ਹੈ ਦਰਦਨਾਕ ਕਿਸਮ ਦੀ ਹਾਲਤ ਭੈਤਾ ਜਿਹੜੀ ਆ ਰਹੀ ਹੁੰਦੀ ਹੈ। ਭੈ ਮਰਬੇ ਕੋ ਬਿਸਰਤ ਨਾ ਹਨ, ਤਿੰਨ ਚਿੰਤਾ ਤਨ ਜਾ ਰਹਾ, ਤਨ ਜਾ ਰਹਾ ਤਨ ਸੜਦਾ। ਬੰਦੇ ਨੂੰ ਇਹ ਵੀ ਚੀਜ਼ ਚੇਤੇ 'ਚ ਰਹੇ ਕਿ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਰੋਗ ਨੇ ਉਹ ਸਰੀਰਕ ਨਹੀਂ ਮਾਨਸਿਕ ਨੇ, ਮਨ ਪਰੇਸ਼ਾਨ ਹੁੰਦਾ ਹੈ। ਵਡੇਰੀ ਉਮਰ ਦੇ ਵਿੱਚ ਨੀਂਦ ਦਾ ਘਟ ਜਾਣਾ, ਵਡੇਰੀ ਉਮਰ ਦੇ ਵਿੱਚ ਜਾਂ ਕਿਸੇ ਬਿਮਾਰੀ ਕਿਸੇ ਉਸ ਕਿਸਮ ਦੇ ਹਾਲਾਤ ਦੇ ਵਿੱਚ, ਅਲਟੀਮੇਟਲੀ ਹੋ ਕੀ ਰਿਹਾ, ਦਿਸ ਰਿਹਾ ਮਿਟਣ ਵਾਲਾ, ਸਭ ਦਿਸ ਰਿਹਾ ਜਾਣ ਵਾਲਾ ਹੈ ਸਭ। ਇਹਦੇ ਮੁਕਾਬਲਤਨ ਤੁਸੀਂ ਹੋਰਾਂ ਨੂੰ ਦੇਖੋ, ਭਗਤਾਂ ਦੇ ਬਚਨ ਪੜ੍ਹਦੇ ਆ ਬਾਣੀ ਦੇ ਵਿੱਚ, ਅਸੀਂ ਵਾ ਕੇ ਪੜ੍ਹਦੇ ਹਾਂ ਕਿ ਜਿਸ ਮਰਨਾ ਤੇ ਜਗ ਡਰੈ ਮੇਰਾ ਮਨ ਆਨੰਦ। ਇਹ ਕੀ ਰੂਪ ਬਣਿਆ, ਇੱਕ ਪਾਸੇ ਬੰਦੇ ਨੂੰ ਖਿਆਲ ਵੀ ਆਇਆ ਕਿ ਬੰਦੇ ਨੂੰ ਭੈ ਆ ਜਾਂਦਾ, ਦੂਸਰੇ ਪਾਸੇ ਉਹਨੂੰ ਖੁਸ਼ੀ ਚੜ੍ਹ ਰਹੀ ਹੈ, ਉਹਨੂੰ ਖੁਮਾਰੀ ਚੜ੍ਹ ਰਹੀ ਹੈ, ਉਹਨੂੰ ਕਹਿ ਰਿਹਾ ਵੀ ਇਹ ਬਹੁਤ ਵਧੀਆ ਬਾਤ ਹੋ ਰਹੀ ਹੈ। ਇਹਦਾ ਰੀਜ਼ਨ ਹੀ ਇਹ ਹੈ ਕਿ ਹਰਜੂ ਕੇ ਅਰਦਾਸ ਕੀਤੀ, ਉਹਨੇ ਪਤ ਰੱਖ ਲਏ, ਉਹਨੇ ਉਹੋ ਜਿਹੀ ਸੋਝੀ ਤੇ ਸੋਚ ਦੇ ਦਿੱਤੀ ਜਿਸ 'ਚੋਂ ਜੀਵਨ ਦਾ ਅਮਲ ਐਸਾ ਨਿਕਲਿਆ, ਉਹਦਾ ਭੈ ਖਤਮ ਹੋ ਗਿਆ। ਨਹੀਂ ਤੇ ਮਹਾਰਾਜ ਕਹਿੰਦੇ ਤਿੰਨ ਚਿੰਤਾ ਤਨ ਜਾਰਾ, ਬੰਦੇ ਦਾ ਤਨ ਸੜਦਾ ਹੈ ਕਿ ਆਖਿਰਕਾਰ ਇਹ ਸਮਾਂ, ਇਹ ਸਬਬ, ਇਹ ਮੌਕਾ, ਇਹ ਕਲਬੂਤ ਇਸ ਰੂਪ ਵਿੱਚ ਨਹੀਂ ਰਹਿਣਾ, ਇਹ ਬੰਦਾ ਸੋਚ ਕੇ ਡਰ ਖਾਂਦਾ ਹੈ ਜੀ। ਕੀਏ ਉਪਾਵ ਮੁਕਤ ਕੇ ਕਾਰਨ, ਦਹ ਦਿਸ ਕੋ ਉਠ ਧਾਇਆ। ਇਸ ਨੂੰ ਇਸ ਤਰੀਕੇ ਨਾਲ ਵੀ ਦੇਖਣਾ ਕਿ ਇਹ ਉਪਾਵ ਮੁਕਤ ਕੇ ਕਾਰਨ, ਮੁਕਤ ਮੁਕਤੀ ਜਿਹਨੂੰ ਅਸੀਂ ਸਾਲਵੇਸ਼ਨ ਕਹਿ ਦਿੰਦੇ ਹੈਗੇ ਹਾਂ, ਮਰਨ ਤੋਂ ਬਾਅਦ ਰੂਹ ਦਾ ਕਲਿਆਣ ਜਿਹਨੂੰ ਕਿਹਾ ਜਾਂਦਾ ਹੈਗਾ। ਸਿੱਖੀ ਆਸ਼ੇ ਦੇ ਵਿੱਚ ਜਿਹੜੀ ਬਾਤ ਹੈ ਉਸ ਰੂਪ ਦੇ ਵਿੱਚ ਹੈ ਕਿ ਇੱਥੇ ਜੀਵਨ ਮੁਕਤੀ ਦਾ ਸੰਕਲਪ ਹੈ। ਜੇ ਬੰਦਾ ਜਿਉਂਦੇ ਜੀ ਵਿਕਾਰਾਂ ਤੋਂ ਹੀ ਮੁਕਤ ਨਹੀਂ ਹੋਇਆ, ਕ੍ਰੋਧ ਤੋਂ, ਵਾਸ਼ਨਾ ਤੋਂ, ਤ੍ਰਿਸ਼ਨਾ ਤੋਂ, ਈਰਖਾ ਤੋਂ, ਦ੍ਵੈਖ ਤੋਂ, ਸਾੜਿਆਂ ਤੋਂ ਮੁਕਤ ਨਹੀਂ ਹੋਇਆ, ਮਾਫੀ ਚਾਹਾਂਗਾ। ਬਾਣੀ ਕਹਿੰਦੀ ਮਰ ਕੇ ਮੁਕਤੀ ਕਾ ਦੀ ਫਿਰ। ਇਸ ਲਈ ਜਿਹੜਾ ਸਤਿਗੁਰੂ ਹੈ ਨਾ, ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ ਕਿ ਫੂਟੋ ਆਂਡਾ ਭਰਮ ਕਾ ਮਨੇ ਕੀ ਆ ਪ੍ਰਗਾਸ, ਜਿਹੜਾ ਉਹ ਮਨ ਵਿੱਚ ਪ੍ਰਗਾਸ਼ਨਾ ਕਰ ਦਿੰਦਾ ਹੈਗਾ, ਕਾਟੀ ਬੇੜੀ ਪਗਹਿ ਤੇ, ਉਹ ਪਗਾਂ ਦੀਆਂ ਬੇੜੀਆਂ ਵੱਢਦਾ, ਉਹ ਜਿਉਂਦੇ ਮੁਕਤੀ ਹੈ। ਤੇ ਜਿਹਨੇ ਜਿਉਂਦੇ ਮੁਕਤੀ ਹੰਡਾਈ, ਜਿਉਂਦੇ ਸਮੇਂ ਦੇ ਵਿੱਚ ਉਹਨੂੰ ਕ੍ਰੋਧ ਨੇ ਕਦੀ ਤੰਗ ਨਹੀਂ ਕੀਤਾ, ਵਾਸ਼ਨਾ ਨੇ, ਸਵਾਰਥ ਨੇ, ਲਾਲਚ ਨੇ, ਹਵਸਾਂ ਨੇ ਤੰਗ ਨਹੀਂ ਕੀਤਾ, ਆਖਿਰਕਾਰ ਜਦੋਂ ਇਹ ਅੱਖਾਂ ਪਰਮਾਨੈਂਟਲੀ ਬੰਦ ਹੋਣਗੀਆਂ ਫਿਰ ਉਹਨੂੰ ਕਿੰਨੇ ਆ ਕੇ ਤੰਗ ਕਰਨਾ ਹੈ, ਫਿਰ ਉਹਦੀ ਰੂਹ ਨੂੰ ਕਿੱਥੇ ਕੋਈ ਲੈ ਕੇ ਜਾਏਗਾ। ਇਹ ਚੀਜ਼ ਮੁਕਤੀ ਦਾ ਅਸਲ ਬਾਤ ਹੈ। ਪਰ ਸਾਹਿਬ ਕਹਿੰਦੇ ਜਦੋਂ ਜੀਵਨ ਜੀਣ ਦਾ ਸਹੀ ਸਲੀਕਾ ਤੇ ਤਰੀਕਾ ਨਾ ਆਇਆ, ਜਦੋਂ ਇਸ ਜੀਵਨ ਦੇ ਵਿੱਚ ਇਹ ਅਹਿਸਾਸ ਨਾ ਕੀਤਾ ਕਿ ਮੈਂ ਥੋੜ ਚਿਰਾ ਹਾਂ ਤੇ ਚੰਗੇਰੇ ਪਾਸੇ ਜੀਵਨ ਨੂੰ ਲਾਵਾਂ, ਕਰਤਾਰ ਨੇ ਇਹ ਮੌਕਾ ਦਿੱਤਾ ਹੈ, ਤੇ ਹੋਇਆ ਕਿ ਫਿਰ ਉਹ ਜੀਵਨ ਅਲਟੀਮੇਟਲੀ ਬਿਨਾਂ ਕੁਝ ਕੀਤਿਆਂ ਵਿਦਾ ਹੋ ਗਿਆ, ਗੁਜ਼ਰਨਾ ਸ਼ੁਰੂ ਹੋ ਗਿਆ। ਤੇ ਫਿਰ ਇੱਕ ਦਿਨ ਸਹਿਸਾ ਵੀ ਆਇਆ, ਸੋਚਿਆ ਹੁਣ ਮੈਂ ਮੁਕਤੀ ਲੈ ਲਾਂ,
ਤੇ ਮੁਕਤੀ ਕਿਵੇਂ? ਜਿਵੇਂ ਬੰਦਾ ਮੁੱਲ ਵੱਟ ਕੇ ਕਿਤੋਂ ਲੈ ਲੈਂਦਾ ਹੈਗਾ, ਬਹਿਰੂਨੀ ਤੌਰ ਤੇ ਇਹ ਕਿਤੇ ਕਰਮਕਾਂਡੀ ਸੋਚ ਵਿੱਚੋਂ ਵੀ ਲੈਣ ਦੀ ਟਰਾਈ ਕੀਤੀ ਜਾਂਦੀ ਹੈ, ਤੇ ਕਿਤੇ ਨਾ ਕਿਤੇ ਬੰਦਾ ਵਹਿਮ ਦੰਭ ਵਿੱਚੋਂ ਸੁਪਰਸਟੀਸ਼ੀਅਸ ਵੇ ਨਾਲ ਵੀ ਲੈਣ ਦੀ ਟਰਾਈ ਕਰਦਾ। ਸਾਹਿਬ ਕਹਿੰਦੇ ਇਸ ਪਾਵਨ ਪਦਿਆਂ ਦੇ ਵਿੱਚ ਸਭ ਜ਼ਿਕਰ ਕਰਦੇ, ਕਹਿੰਦੇ ਕੀਏ ਉਪਾਵ ਮੁਕਤ ਕੇ ਕਾਰਨ ਦਹਿਨ ਦਿਸਕੋ ਉੱਠਤਾਇਆ। ਜਦੋਂ ਕਿਤੇ ਹੱਬੜ ਵਾਹ ਹੋਇਆ, ਇੱਕਦਮ ਜਿਹੜਾ ਤਰਲੋ ਮੱਛੀ ਹੋਇਆ ਕਿ ਮੈਂ ਜਲਦੀ ਤੋਂ ਜਲਦੀ ਮੁਕਤੀ ਲੈ ਲਵਾਂ, ਤੇ ਇਹਦੇ ਬਾਬਤ ਤੁਸੀਂ ਲੋਕਾਂ ਨੂੰ ਦੇਖਦੇ ਹੋਵੋਗੇ, ਕੁਝ ਖਾਸ ਦਰਿਆਵਾਂ ਤੇ ਜਾ ਕੇ ਪ੍ਰਾਣ ਤਿਆਗਦੇ ਹੋਏ, ਕੁਝ ਖਾਸ ਕਿਸਮ ਦੀਆਂ ਰੀਤਾਂ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ, ਜਿਹਨੂੰ ਸਾਹਿਬ ਨੇ ਕਿਹਾ ਕਿ ਮਨ ਕਾਮਨਾ ਤੀਰਥ ਜਾਏ ਬਸਿਓ, ਉਹ ਵਾਲੀ ਬਾਤ, ਸਿਰ ਕਰਵਤ ਰਾਏ ਵਾਲੀਆਂ ਬਾਤਾਂ ਕੀਤੀਆਂ ਵੀ ਹੁਣ ਨਾ ਮੈਨੂੰ ਮੁਕਤੀ ਮਿਲ ਜਾਏ ਛੇਤੀ ਤੋਂ ਛੇਤੀ। ਇਹ ਹੈ ਦਹਿਨ ਦਿਸਕੋ ਉੱਠਤਾਇਆ। ਫਿਰ ਭਜਨ ਅਟ ਕਰ ਰਿਹਾ ਦਸਾਂ ਦਿਸ਼ਾਵਾਂ ਦੇ ਵਿੱਚ ਵੀ ਜਲਦੀ ਤੋਂ ਜਲਦੀ ਮੈਂ ਇਹ ਮੁਕਤੀ ਦਾ ਜਿਹੜਾ ਖਾਸ ਕਰਕੇ ਸ਼ਗੁਫਤਾ ਹੈ ਇਹਨੂੰ ਪ੍ਰਾਪਤ ਕਰ ਲਵਾਂ। ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖੀ ਜਿਹੜੀ ਕਮਜ਼ੋਰੀ ਹੈ, ਵੀਕਨੈਸਿਸ ਹੈਗੀਆਂ ਨੇ, ਉਹਦੇ ਪ੍ਰਤੀ ਸਾਨੂੰ ਇਸ ਤਰੀਕੇ ਨਾਲ ਅਵੇਅਰ ਕਰ ਰਹੇ ਨੇ ਜੀ। ਘਟ ਹੀ ਪੀਤਰ ਬਸਾ ਨਿਰੰਜਨ, ਤਾਕੋ ਮਰਮ ਨਾ ਪਾਇਆ। ਘਟ ਹੀ ਪੀਤਰ ਬਸੈ ਨਿਰੰਜਨ, ਨਿਰਅੰਜਨ, ਅੰਜਨ ਕਹਿੰਦੇ ਨੇ ਮਾਇਆ ਨੂੰ, ਮਾਇਆ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਰ ਹਿਰਦੇ ਚ ਮੌਜੂਦ ਹੈ, ਮੇਰੇ ਤੁਹਾਡੇ ਸਭ ਦੇ ਵਿੱਚ ਮੌਜੂਦ ਹੈ। ਇਸ ਜੀਵਨ ਵਿੱਚ ਜਿਉਂਦਿਆਂ ਜਿਉਂਦਿਆਂ ਸਾਹਾਂ ਤੇ ਪ੍ਰਾਣਾਂ ਦੇ ਚਲਦਿਆਂ ਚਲਦਿਆਂ ਇਹ ਅਹਿਸਾਸ ਕੀਤਾ ਜਾਂਦਾ ਕਿ ਪ੍ਰਾਣਪਤ ਦਾਤਾ ਕੌਣ ਹੈ। ਇਹ ਮਨੁੱਖੀ ਜੀਵਨ ਦਾ ਮੁੱਖ ਪਰਪਸ ਆ, ਜਿਹਨੂੰ ਸਾਹਿਬ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਘਟ ਹੀ ਪੀਤਰ, ਉਹ ਅੰਦਰ ਹੀ ਹੈ, ਉਹ ਜ਼ਰੇ ਜ਼ਰੇ ਜ਼ਰਖੇਜ਼ ਮੇਰੇ ਅੰਦਰ ਵੀ ਮੌਜੂਦ ਹੈ, ਇਹਦਾ ਅਹਿਸਾਸ ਨਾ ਹੋਇਆ। ਜੇ ਅਹਿਸਾਸ ਹੋ ਜਾਏ ਤੇ ਫਿਰ ਤੇ ਬੰਦੇ ਨੂੰ ਪਤਾ ਲੱਗ ਜਾਏ ਕਿ ਮੈਨੂੰ ਸਹੀ ਕਰਮ ਕਿਹੜੇ ਕਰਨੇ ਚਾਹੀਦੇ ਨੇ। ਮੈਂ ਰੱਬ ਜੀ ਦੀ ਅੰਸ ਬੰਸ ਜਾਂ ਕਹੋ ਕਬੀਰ, ਇਹ ਰਾਮ ਕੀ ਬੰਸ, ਇਹ ਉੱਥੋਂ ਆ ਰਹੀ ਹੈ। ਸੋ ਉਸ ਤਰੀਕੇ ਨਾਲ ਆਪਣੀ ਜਿਹੜੀ ਹੈ ਰਿਅਲਾਈਜੇਸ਼ਨ ਕਰਕੇ ਉਸ ਜੀਵਨ ਨੂੰ ਯਾਪਨ ਵਿੱਚ ਲੈ ਆਵੇ ਬੰਦਾ। ਸਾਹਿਬ ਕਹਿੰਦੇ ਘਟ ਹੀ ਪੀਤਰ ਬਸੈ ਨਿਰੰਜਨ, ਤਾਂ ਕੋ ਮਰਮ ਨਾ ਪਾਇਆ। ਪਰ ਤਰਾਸ ਦੀ ਇਹ ਬਣੀ ਪਈ ਹੈ, ਉਹਦਾ ਮਰਮ, ਉਹਦਾ ਅਹਿਸਾਸ ਵੀ ਨਹੀਂ ਆਇਆ, ਇਹ ਵੀ ਨਹੀਂ ਪਤਾ ਲੱਗਾ ਮੇਰੇ ਜੀਵਨ ਨੂੰ ਸਹੀ ਤਰੀਕੇ ਨਾਲ ਕਿਵੇਂ ਜੀਣਾ ਚਾਹੀਦਾ, ਮੈਨੂੰ ਵਕਾਰਾਂ ਤੋਂ ਮੁਕਤੀ ਲੈ ਕੇ ਕਰਤਾਰ ਦੇ ਰੰਗ ਵਿੱਚ ਉਹਦੀ ਰਜ਼ਾ ਵਿੱਚ ਕਿਵੇਂ ਰਾਜ਼ੀ ਰਹਿਣਾ ਚਾਹੀਦਾ, ਉਸ ਤਰਾਸ ਤਸਵੀਰ ਨੂੰ ਸਾਹਿਬ ਬਿਆਨ ਕਰਦੇ ਜੀ। ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ, ਕੌਣ ਕਰਮ ਅਬ ਕੀ ਜਾ। ਫਿਰ ਬੇਨਤੀ ਮੁਜਬ, ਅਰਦਾਸ ਮੁਜਬ ਲਫਜ਼ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਤੁਸੀਂ ਮੇਰੇ ਤੋਂ ਤਵੱਕੋਂ ਕਰੋ, ਆਪਣੇ ਆਪ ਤੇ ਟੁਕਾ ਕੇ ਸਾਡੀ ਸਾਰਿਆਂ ਦੀ ਬਾਤ ਕੀਤੀ ਗਈ। ਨਾ ਹਨ ਗੁਣ ਨਾ ਹਨ ਕਛ ਜਪ ਤਪ, ਅਸੀਂ ਕਈ ਵਾਰੀ ਬਚਨ ਪੜ੍ਹਦੇ ਹਾਂ ਨਾ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿੱਚ ਕਿ ਅਕਾਲ ਪੁਰਖ ਵਾਹਿਗੁਰੂ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਇਹਦੇ ਮਾਇਨੇ ਕੀ ਨੇ? ਬੰਦਾ ਥੋੜ੍ਹਾ ਬਹੁਤਾ ਕਿਤੇ ਧਰਮ ਕਰਮ ਕਰਦਾ ਹੈ, ਥੋੜ੍ਹਾ ਬਹੁਤਾ ਗਿਆਨ ਆਦਿ ਦਾ ਜਿਹੜਾ ਹੈਗਾ ਹਾਸਲ ਕਰਦਾ ਹੈ, ਹੰਕਾਰ ਦੀ ਟੀਸੀ ਤੇ ਬਹਿ ਜਾਂਦਾ, ਕਹਿੰਦਾ ਲੈ ਇਹਦੇ ਚ ਕਿਹੜੀ ਬਾਤ ਹੋ ਗਈ, ਮੈਂ ਤੇ ਰੱਬ ਜੀ ਤੋਂ ਸਭ ਕੁਝ ਆਪ ਲੈ ਲਵਾਂਗਾ, ਮੈਂ ਤੇ ਆਪਣੇ ਆਪ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਬੜੀ ਵੱਡੀ ਬਲਾ ਸਮਝਣ ਲੱਗ ਜਾਂਦਾ ਹੈਗਾ। ਪਰ ਜਿਹੜੇ ਦਾਨੇ ਲੋਕ ਨੇ ਉਹ ਦੱਸਦੇ ਨੇ ਨਾ ਬੰਦੇ ਕਰਤਾਰ ਦਾ ਹੁਕਮ ਆ, ਤੇ ਇਹ ਵੀ ਸੱਚਾਈ ਹੈ। ਬਾਬਾ ਕਬੀਰ ਜੀ ਨੇ ਕਿਹਾ ਸੀਗਾ ਕਿ ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸਿਓ ਕੋਏ, ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੇ ਕਿਆ ਹੋਏ। ਤੇਰੀ ਬੇੜੀ ਸਮੁੰਦਰ ਚ ਆ, ਪਾਣੀ ਚ ਆ, ਪਤਾ ਨਹੀਂ ਕਿਹੜੀ ਲਹਿਰ ਪੈਣੀ ਹੈ। ਸਾਰੀ ਸਾਰੀ ਉਮਰ ਬੰਦਾ ਸਹੀ ਕਰਮ ਕਰਦਾ ਰਹਿੰਦਾ, ਕਿਸੇ ਜੀਵਨ ਦੇ ਐਸੇ ਪੜਾਅ ਤੇ ਆਉਂਦਾ, ਇੱਕ ਵਕਾਰਾਂ ਦੀ ਮਾੜੀ ਸੋਚ ਦੀ ਕੋਈ ਐਸੀ ਛਲ ਪੈਂਦੀ ਹੈ, ਸਭ ਬਰਬਾਦ ਕਰ ਦਿੰਦੀ ਹੈ। ਤੇ ਜਿੱਥੇ ਜੀਵਨ ਭਰ ਇਹਦੇ ਪ੍ਰਤੀ ਅਵੇਅਰਨੈਸ ਹੀ ਨਹੀਂ ਹੈਗੀ, ਜਿੱਥੇ ਜੀਵਨ ਹੀ ਇਹਦੇ ਪ੍ਰਤੀ ਜਿਹੜਾ ਹੈਗਾ ਕਿਸੇ ਕਿਸਮ ਦੀ ਜਾਗਰਤੀ ਤੋਂ ਬਿਨਾਂ ਜੀਆ ਹੈ, ਸਾਹਿਬ ਉਹਦਾ ਅਹਿਸਾਸ ਕਰਾਉਂਦੇ ਸਾਨੂੰ। ਕਹਿਣ ਲੱਗੇ
ਨਾ ਹਨ ਗੁਣ, ਮੇਰੇ ਕੋਲ ਕੋਈ ਗੁਣ ਨਹੀਂ, ਨਾ ਹਨ ਕਛ ਜਪ ਤਪ, ਮੇਰੇ ਕੋਲ ਕੋਈ ਚੰਗੇਰੇ ਜਪ ਤਪ ਦੀ ਪੂੰਜੀ ਨਹੀਂ। ਕੌਣ ਕਰਮ ਅਬ ਕੀਜੈ, ਅਬ ਕੀਜੈ ਪ੍ਰੈਜੈਂਟ ਰਾਈਟ ਨਾਉ। ਇਹਦੇ ਚ ਦੋ ਰੰਗ ਹੋਰ ਲੈ ਲੈਣੇ, ਸਮਾਂ ਆਲਮੋਸਟ ਸਮਾਪਤ ਹੈ, ਦੋ ਮਿੰਟ ਹੋਰ ਲਵਾਂਗਾ। ਉਹਦੇ ਚ ਇਹ ਹੈਗਾ ਕਿ ਬੰਦੇ ਨੇ ਜੀਵਨ ਬਤੀਤ ਕੀਤਾ, ਜਿਵੇਂ ਸਾਹਿਬ ਨੇ ਬੜੀ ਬਾਣੀ ਚ ਕਿਹਾ, ਮਹਾਰਾਜ ਜ਼ਿਕਰ ਕਰਦੇ ਕਿ ਅਬ ਹੋ ਸਮਝ ਕੁਛ ਬਿਗੜਿਓ ਨਾਹੀ, ਹੋਣੀ ਸਮਝ ਅਜੇ ਵੀ ਕੁਝ ਨਹੀਂ ਵਿਗੜਿਆ। ਜਬ ਜਾਗੋ ਤਮੈ ਸਵੇਰਾ, ਇੱਥੇ ਤੇ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਆਗੈ ਸਮਝ ਚਲੋ ਨੰਦ ਲਾਲਾ। ਦੇਖੋ ਇੱਕ ਤੇ ਬੀਤੇ ਦੇ ਪਛਤਾਵੇ ਬੰਦਾ ਕਰਦਾ ਰਹੇ ਵੀ ਹਾਂ ਭਾਈ ਜੀਵਨ ਲੰਘ ਗਿਆ, ਇੰਨਾ ਸਮਾਂ ਅਸੀਂ ਕੁਝ ਨਹੀਂ ਕਰ ਸਕੇ, ਹਾਲਾਂਕਿ ਬਾਣੀ ਨੇ ਦੋਵੇਂ ਅਹਿਸਾਸ ਕੀਤੇ, ਅਵੇਅਰ ਕੀਤਾ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰ ਸਾਈਂ ਸਿਓ ਪਿਰਹੜੀ ਰੰਗ ਨ ਵੇਲਾ ਹੋਏ, ਪਰ ਨਾਲ ਹੀ ਕਿਹਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਨਿਰਾਸਤਾ ਵਿੱਚ ਨਾ ਜਾਈ, ਆਪਣੇ ਆਪ ਨੂੰ ਆਪਟੀਮਿਸਟਿਕ ਰੱਖੀ, ਆਸ ਮੰਗ ਰਹੀ, ਕਰਤਾਰ ਬੜਾ ਬੇਅੰਤੀ, ਉਹ ਬਾਂਹ ਫੜਨ ਵਾਲਾ ਹੀ, ਉਹ ਅਕਾਲ ਪੁਰਖ ਵਾਹਿਗੁਰੂ ਨਿਵਾਜਣ ਵਾਲਾ ਹੀ। ਇਸ ਕਰਕੇ ਕਿਹਾ ਜੇ ਅਜੇ ਤੱਕ ਕੁਝ ਨਹੀਂ ਕੀਤਾ ਉਹਦੇ ਅੱਗੇ ਅੱਜ ਅਰਦਾਸ ਕਰ, ਹੁਣ ਹੀ ਕਹਿ ਕਿ ਹੇ ਮੇਰੇ ਮਾਲਕ ਮੈਂ ਹੁਣ ਕੌਣ ਕਰਮ ਅਬ ਕੀਜੈ, ਹੁਣ ਹੀ ਮੈਨੂੰ ਨਿਵਾਜ ਦੇ, ਮੈਂ ਤੇਰੇ ਸਾਹਮਣੇ ਮੱਥਾ ਰੱਖ ਰਿਹਾ, ਤੇਰੇ ਸਾਹਮਣੇ ਆਪਣੇ ਆਪ ਨੂੰ ਜਿਹੜਾ ਹੈਗਾ ਸਮਰਪਣ ਰੂਪ ਦੇ ਵਿੱਚ ਆਪਣੇ ਆਪ ਨੂੰ ਢਾ ਰਿਹਾ ਹਾਂ, ਤੂੰ ਦਰਸ ਤਰਸ ਵਿੱਚ ਆ, ਦਇਆ ਵਿੱਚ ਆ, ਤੇ ਮੈਨੂੰ ਹੁਣੇ ਕੋਈ ਸੋਝੀ ਦੇ ਦੇ ਜੀ। ਨਾਨਕ ਹਾਰ ਪਰਿਓ ਸਰਨਾਗਤ ਅਪਦਾਨ ਪ੍ਰਭ ਦੀਜੈ। ਸਾਹਿਬ ਜ਼ਿਕਰ ਕਰਦੇ ਹੇ ਨਾਨਕ ਕਹਿ ਅਕਾਲ ਪੁਰਖ ਵਾਹਿਗੁਰੂ ਹਾਰ ਪਰਿਓ, ਹਾਰ ਪਰਿਓ ਦਾ ਮਤਲਬ ਹੀ ਹੈ ਮੇਰਾ ਹੁਣ ਕੋਈ ਆਸਰਾ ਪਰਨਾ ਨਹੀਂ ਹੋਰ, ਮੇਰੇ ਕੋਲ ਕੋਈ ਹੋਰ ਸਹਾਰਾ ਨਹੀਂ, ਮੈਂ ਤੇਰੀ ਹੀ ਸ਼ਰਨ ਅਸਲ ਵਿੱਚ ਆਇਆ ਹਾਂ। ਅਪੈ ਦਾਨ ਪ੍ਰਭ ਦੀਜੈ, ਅਪੈ ਪੈ ਰਹਿਤ ਡਰ ਰਹਿਤ, ਤੇ ਮੈਂ ਵੀ ਬੇਨਤੀ ਕਰਾਂਗਾ ਬਜਣੇ ਜਿਵੇਂ ਅੱਜ ਕੱਲ੍ਹ ਹੁੰਦਾ ਹੈ, ਜੇ ਅੱਜ ਦੇ ਜੀਵਨ ਵਿੱਚ ਵੇਖੀਏ ਤੇ ਛੋਟੇ ਛੋਟੇ ਬੱਚੇ ਡਰ ਰਹੇ ਨੇ ਸੁਪਨਿਆਂ ਵਿੱਚ, ਰਾਤ ਨੂੰ ਉੱਠ ਉੱਠ ਕੇ ਸਾਨੂੰ ਡਰ ਲੱਗ ਰਿਹਾ ਕੱਲ੍ਹ ਨਾਮ ਕਾਲ ਦਾ ਪਤਾ ਨਹੀਂ ਕੀ ਬਣੇਗਾ, ਹਰ ਰੂਪ ਦੇ ਵਿੱਚ ਕਮਿਊਨਿਟੀ ਲੈਵਲ ਤੇ ਕੌਮੀ ਪੱਧਰ ਤੇ ਕਈ ਵਾਰ ਅਸੀਂ ਡਰਦੇ ਹੁੰਦੇ ਹਾਂ ਚੀਜ਼ਾਂ ਦੇ ਬਾਰੇ। ਮੈਂ ਬੇਨਤੀ ਕਰਾਂਗਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁਕਮ ਨੂੰ ਅਸੀਂ ਪੜ੍ਹ ਰਹੇ ਹਾਂ, ਬਚਨ ਨੂੰ ਪੜ੍ਹ ਰਹੇ ਹਾਂ, ਤੂੰ ਦੱਸ ਰਹੇ ਨੇ ਜਿਹੜੇ ਭੈ ਮੁਕਤ ਕਰਨ ਵਾਲੇ ਨੇ ਉਹ ਕਹਿੰਦੇ ਅਭੈ ਪਦ, ਤੂੰ ਇੱਕੋ ਚੀਜ਼ ਕਰਤਾਰ ਤੋਂ ਮੰਗ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਭੈ ਮੁਕਤ ਕਰ ਦੇ, ਭੈ ਰਹਿਤ ਕਰ ਦੇ, ਐਸਾ ਜੀਵਨ ਦੇ ਡਰ ਹੋਏ ਨਾ ਉਹਦੇ ਵਿੱਚ। ਜੇ ਮੇਰੇ ਅੰਦਰ ਡਰ ਨਹੀਂ ਗਾ ਮੈਂ ਕਿਸੇ ਨੂੰ ਵੀ ਨਹੀਂ ਡਰਾਵਾਂਗਾ, ਤੇ ਕਿਸੇ ਡਰੇ ਹੋਏ ਦੀ ਬਾਂਹ ਫੜ ਕੇ ਉਹਨੂੰ ਡਰਨ ਵੀ ਨਹੀਂ ਦਿਆਂਗਾ। ਇਹੋ ਜਿਹਾ ਜੀਵਨ ਸਾਹਿਬ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਨਿਵਾਜਨ ਬਖਸ਼ਿਸ਼ ਕਰਨ, ਹਰ ਆਰ ਵਕਾਰ ਤੋਂ ਮੁਕਤ ਹੋ ਕੇ ਤੇ ਈਵਨ ਮੌਤ ਦੇ ਭੈ ਤੋਂ ਵੀ ਮੁਕਤ ਹੋ ਕੇ ਮਨੁੱਖਾ ਜੀਵਨ ਦੈਵ ਬਿਰਤੀ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਡਿਵਾਈਨ ਪੋਸੀਬਿਲਿਟੀ ਜਿਹੜੀ ਸਾਡੀ, ਉਹਨੂੰ ਪੂਰੀ ਤਰ੍ਹਾਂ ਇੰਜੋਏ ਕਰਦੇ ਹੋਏ, ਉਹਨੂੰ ਮਾਣਦੇ ਹੋਏ ਅਸੀਂ ਜੀ ਸਕੀਏ। ਸਾਹਿਬ ਰਹਿਮਤ ਕਰਨ, ਇਹਨਾਂ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸੰਪੂਰਨ ਰੂਪ ਵਿੱਚ ਸਰਵਨ ਕੀਤਾ, ਆਖਿਰ ਵਿੱਚ ਦੋ ਸਤਰਾਂ ਅਸੀਂ ਦੁਬਾਰਾ ਫਿਰ ਦੁਹਰਾਉਂਦੇ ਹਾਂ, ਉਸ ਤੋਂ ਪਹਿਲਾਂ ਸਮੁੱਚੇ ਰੂਪ ਦੇ ਵਿੱਚ ਪ੍ਰਬੰਧ ਦਾ ਸਿੰਘ ਸਾਹਿਬਾਨ ਜੀ ਦਾ, ਖਾਸ ਕਰਕੇ ਗਿਆਨੀ ਜਗਤਾਰ ਸਿੰਘ ਜੀ ਹਰਾਂ ਦਾ ਬੜਾ ਧੰਨਵਾਦ, ਜਿਹੜੇ ਅਕਸਰ ਜਦੋਂ ਕਿਤੇ ਆਈਏ ਇੱਥੇ ਤੇ ਉਹ ਸਮਾਂ ਦੇ ਕੇ ਨਵਾਜ਼ਦੇ ਨੇ, ਆਪ ਸੰਗਤ ਦੀ ਹਾਜ਼ਰੀ ਭਰਨ ਦਾ ਮੌਕਾ ਦਿੰਦੇ ਨੇ। ਮਹਾਰਾਜ ਬਖਸ਼ਿਸ਼ ਕਰਨ, ਮੇਰਾ ਤੁਹਾਡਾ ਸਮਾਂ ਲੇਖੇ ਵਿੱਚ ਲੱਗੇ, ਗੁਰੂ ਰਾਮਦਾਸ ਸਾਹਿਬ ਜੀ ਦੀ ਸਭ ਨੂੰ ਅਸੀਸ ਲੱਗੇ। ਆਓ ਆਖਰੀ ਸਤਰਾ ਇੱਕ ਵਾਰ ਪੜ੍ਹ ਕੇ ਫਿਰ ਸਮੁੱਚੇ ਰੂਪ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਨਾਹਨ ਗੁਣ ਨਾਹਨ ਕਾਸ਼ ਜਾਪ ਤਾਪ ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।